अस्सलाम वालेकुम नाज़रीन, मैं अज एक साल बाद पूरे ऐ तुसी करैक्टर शायद तुहाडीआं नज़रां चो गुजरे ते तुहानूं याद आवे कि एक साल पहले बड़ा अच्छा शो कीता सी जी ते बाहर बह के मैं नाज़रीन इस टाइम बैठा इत्थे मदनी होटल राजा चौक, मदनी होटल राजा चौक गुलाम अहमदाबाद, जिथे मतलब कह लो कि मेरी अपनी बड़ी जिंदगी गुजरी और बड़े मजे के इतने लोग होंगे ने, बड़ा अच्छा टाउन टैंपो इन्हों का सारा वो अमृतसर लुधियाने वाला टैंपो है इस गुलामाबाद का। हूँ जट बोलेगा तुहानू देखना तुहानू कुछ सिख याद आएगा। हाँ लो जी नाज़रीन, सब तो पहले एक छोटा जिहा रौला मुका लीए। यह सोनी भाई ने इन्होंने काम शुरू किया बीमा पॉलिसी का, इन्हें कराया बीमा, इन्हें बीमा कराया, इन्हें बीमा पॉलिसी का काम शुरू किया। एक महीना इन्हें दिती है जिहड़ी किस्त, ते अगले तीन महीने हो गए कह रहा मैं पल्यों दे रहा हूँ। मैनू दसो भैन तुम बीमा कराया किस्त क्यों दी? इन्हें मैनू सही गाइड नहीं किया, इन्हें मैनू कहा कि तुम तुम 20 साल बाद 25 लाख रुपया मिलेगा, लेकिन वो मिलना वा कि लत टुट गई, बांह टुट गई या कोई मर गया फिर मिलना वा। मिलता बीमे का इन्हें पहले दसिया ही नहीं, मैं एक किस्त तो देती थी, इन्हें बाद चो मैनू दसिया नहीं, मेरे ना गेड़ा किया वा, मैं इस गल तो बहुत परेशान। तू दसिया नहीं भी बीमा किता? मैं इनू सारी डिटेल दसी, मैं कहा तू साल का 25,000 जमा कराई जा, 20 साल बाद तेन 25 लाख रुपया मिलेगा, तेरे बच्चों का फ्यूचर बन जाएगा। ये दौरान अगर उन्होंने कुछ ये नहीं दसिया भैया, तू ये नहीं दसिया कि लत टुट जाएगी फिर तेन मिलने या तू मर जाएगा फिर हो जाएगा एक्सीडेंट हो गया, सबूते नहीं मिलना कुछ भी। इस खुशी दे विच ही ढिड करा ली एक किस्त दे के। अच्छा मेरी गल सुन, तू बीमा इहदे को रजामंदी ना कराया भाई, इहने मैनूं गलत गाइड कीता वा। मैं ओए तू महल्ले दे बच्चियां दा बीमा कर जांदा, मैं इहनूं सही दस्सिया सी, मैं कहा मुंडा मूंह मत्थे लगदा वा, जे मेरे को एक दफा बीमा करा लेगा ते इहदा की विगड़ जाणा वा। मूंह मत्थों लगणा गया इह हुण पैसा इहदा रशके दी बाडी वर्गा सिर कढ लिया खुशी दे विच, लेकिन उन्होंने जट नूं इह नहीं पता लगा भी मैं मरना ते मेरे घरदिआं नूं मिलना। नहीं नहीं इहदा घरदिआं नूं नहीं सी मिलना। हाँ मिलना इहनूं सीगा किद्दां? ਉਹ ਇੱਦਾਂ ਮਿਲਣਾ ਸੀਗਾ, ਇਹਨੇ ਆਸਤਾ ਆਸਤਾ ਸਾਰਾ ਸਟਾਈਲ ਬਦਲਣਾ ਸੀ, ਇਹਨੇ ਇੱਕ ਸਟਾਈਲ ਬਦਲਿਆ ਉਹ ਮੁੱਕਰ ਗਿਆ, ਉਹਨੇ ਟਿੰਡ ਕਰਾਈ ਤੇ ਮੁੱਕਰ ਗਿਆ। ਆ ਤੇ ਇਹ ਨਹੀਂ ਮੇਰੀ ਗੱਲ ਸੁਣ, ਇਹ ਜਿਹਨੂੰ ਕਹਿ ਦਿੰਦਾ ਨਾ ਬੀਮੇ ਦਾ ਇੱਕ ਬੰਦੇ ਦੇ ਮਗਰ ਇੰਨਾ ਪੈ ਗਿਆ ਬੀਮੇ ਵਾਸਤੇ, ਉਹਨੇ ਇਹਨੂੰ 3rd ਮੰਜ਼ਿਲ ਤੋਂ ਥੱਲੇ ਸੁੱਟਤਾ ਤੇ ਫਿਰ ਕੱਪੜੇ ਕੁਪੜੇ ਝਾੜ ਕਹਿੰਦਾ ਯਾਰ ਮਜ਼ਾਕ ਛੱਡੋ ਤੁਸੀਂ ਬੀਮਾ ਕਰਾਓ। ਪਲੀਸੀ ਜ਼ਰਾ ਮੈਚੋਰ ਹੋ ਗਈ ਹੈ ਤੇ ਹੁਣ ਵਾਰੀ ਕਿਸੇ ਦੀ ਹੋਰ ਹੋ ਗਈ ਹੈ, ਤੇ ਮੈਂ ਇਹਨੂੰ ਵੀ ਕਿਹਾ ਸੀ ਕਰਾ ਲਾ ਪਲੀਸੀ, ਤੈਨੂੰ ਮੈਂ ਕਿਹਾ ਤੇਰੀ ਲੱਤ ਕੱਢੀ ਜਾਏਗੀ ਤੈਨੂੰ 2 ਲੱਖ ਰੁਪਏ ਮਿਲੇਗਾ, ਤੇ ਰਗੜ ਲਵਾ ਕੇ ਮੇਰੇ ਕੋਲ ਆ ਗਿਆ, ਕਹਿੰਦੇ ਇਹਦਾ ਕੀ ਮਿਲੇਗਾ ਲੁੱਡੀ ਵਾਲਿਆਂ ਦਾ ਚਾਚਾ ਹੁੰਦਾ। ਮੈਂ ਤੁਹਾਨੂੰ ਦੱਸਦਾ ਅਸਲ 'ਚ ਇਹਨੂੰ ਗੁੱਸਾ ਪਤਾ ਕੀ ਆ, ਇਹ ਸੀ ਘਰ, ਇਹ ਇਸ ਟਾਈਮ ਇਹਨੂੰ ਮੈਂ ਠੰਡ 'ਚ ਬੁਲਾਇਆ ਤੇ ਖਿੱਚ ਕੱਢ ਰਿਹਾ ਮੇਰੇ ਤੇ, ਲੁੱਡੀ ਵਾਲਿਆਂ ਦਾ ਚਾਚਾ ਨਾ ਤੂੰ ਵੀ ਆਇਆ, ਮੈਂ ਢੁੱਡੀ ਵਾਲਿਆਂ ਦਾ ਢੁੱਡੀ ਵਾਲੇ ਦਾ ਨਾਲ ਦੀ ਗਲੀ 'ਚੋਂ ਆਇਆ, ਮੈਂ ਕਿਹੜਾ ਕੋਟਿਓਂ ਆਇਆ ਵੀ ਤੇ ਗੁੱਸਾ ਕੱਢ ਰਹੇ ਹਾਂ ਨਾਲ ਦੀ ਗਲੀ 'ਚੋਂ ਠੰਡ 'ਚੋਂ, ਅੱਜ ਕੱਲ੍ਹ ਤਾਂ ਰਜ਼ਾਈ 'ਚੋਂ ਬਾਹਰ ਨਿਕਲਦੇ ਆ, ਤੂੰ ਇੱਦਾਂ ਨਹੀਂ ਚੱਦਰ ਲਈ ਉਹਨੇ ਕੰਧ, ਤੂੰ ਇੱਦਾਂ ਹੀ ਚੱਦਰ ਲਈ ਉਹਨੇ ਪਰਦੇਸ਼, ਤੇਰੇ ਕੋਈ ਘੋੜੇ ਮਸ਼ਹੂਰ ਆ, ਕੋਈ ਊਂਠਾਂ ਮਸ਼ਹੂਰ ਆ ਤੇਰੀਆਂ। ਹੈ ਮੈਂ ਫੈਸਲਾ ਕਰਾ ਰਿਹਾ ਨਾ ਚੌਧਰੀ ਟੈਪ ਬਣਿਆ ਨਾ ਬੀਮਾ ਇਹਨੇ ਕਰਾ, ਫੈਸਲਾ ਕਰਾ ਰਹੇ ਹਾਂ ਜੇ ਝੰਗ ਵੀ ਯਾਰ ਛਾਬੇ ਦੀ ਦੁਕਾਨ ਹੈ ਇੱਦਾਂ ਹੀ ਚੱਦਰ ਲਈ। ਅੱਛਾ ਝੰਗ ਬਾਜ਼ਾਰ ਛਾਬੇ ਦੁਕਾਨ, ਨਹੀਂ ਤੂੰ ਮੇਰੇ ਹੀ ਕਿਉਂ ਦੁਆਲੇ ਹੋ ਗਏ ਹੈ? ਅੱਛਾ ਇਹਦੇ ਪ੍ਰੋਗਰਾਮ ਬੜੇ ਮਸ਼ਹੂਰ ਆ, ਇਹਨੇ ਇੱਕ ਜਗ੍ਹਾ ਪ੍ਰੋਗਰਾਮ ਕੀਤਾ, ਆਪਾਂ ਆਪਣੀ ਬੋਲੀ 'ਚ ਕਹੀਦਾ ਕੋਈ ਲੁੱਟ ਲਊਗਾ, ਖਾਨ ਸਾਹਿਬ ਕਹਿੰਦੇ ਆ ਸੈਰ ਲਊਗਾ, ਅਤੇ ਪ੍ਰੋਗਰਾਮ ਕਰਕੇ ਨਿਕਲਣ ਲੱਗਾ ਅਤੇ ਉਹਨਾਂ ਨੇ ਕਿਹਾ ਕਾਕਾ ਇੱਥੇ ਹੀ ਪੈ ਜਾ ਸੁਬਾਹ ਚੱਲ ਜਾਵੀਂ, ਰਾਹ 'ਚ ਚੋਰੀਆਂ ਬੋਰੀਆਂ ਬੜੀਆਂ, ਇਹਨੇ ਕਹਿੰਦੇ ਮੈਂ ਜਾਣਾ, ਇਹਨੇ ਆਪਣੇ ਕੈਮਰੇ ਵਾਲਿਆਂ ਨੂੰ ਨਾ ਰਾਹ 'ਚੋਂ ਕਮਾਦ ਦਾ ਗੰਨੇ ਤੋੜੇ ਅਤੇ ਗੰਨਿਆਂ ਨੂੰ ਰੱਸੀਆਂ ਬੰਨ ਕੇ ਉੱਤੇ ਚਾਦਰਾਂ ਲੈ ਲਈਆਂ, ਅਗਲਾ ਸਮਝੇ ਰਫਲਾਂ ਚੋਰੀਆਂ ਬਗੋਰੀਆਂ ਬੜੀਆਂ ਹੁੰਦੀਆਂ ਵਾ, ਚੋਰਾਂ ਨੇ ਪੈਸੇ ਵੀ ਸੈਰ ਲੈਣੇ ਤੇ ਤੁਹਾਡੀਆਂ ਰਫਲਾਂ ਵੀ ਚੂਪ ਲੈਣੀਆਂ।
ਭੈਣ ਚਾਰ ਸਾਹਿਬ ਤੁਸੀਂ ਗਲਤ ਗੱਲ ਕਰ ਰਹੇ ਹੋ, ਤੁਸੀਂ ਵੀ ਜੋ ਕੀਤੀ ਠੀਕ ਹੈ, ਲੇਕਿਨ ਭੈਣ ਪਹਿਲੇ ਕਵਾਲਾਂ ਦੇ ਨਾਲ ਹੁੰਦੇ ਸੀਗੇ ਤੇ 500 ਵਾਲਾ ਨੋਟ ਮੂੰਹ ਚ ਰੱਖ ਕੇ ਖਾਈ ਜਾਣ ਤੇ ਕਵਾਲ ਕਹਿਣ ਲੱਗ ਗਿਆ ਆਹ ਕਰ ਰਿਹਾ, ਕਹਿੰਦਾ ਪਾਨ ਕਰ ਰਿਹਾ, ਕਹਿੰਦਾ ਧਿਆਨ ਨਾ ਕਹੀਂ ਨੰਬਰ ਨਾ ਪਾੜ ਜੇ, ਪੱਤੇ ਦਾ ਨੰਬਰ ਨਾ ਪਾੜ ਦੀ। ਜੱਟ ਨਾ ਪੁਲਿਸ ਚ ਲੱਗ ਗਿਆ ਤੇ ਏਡਾ ਕਮਜ਼ੋਰ ਆ, ਇਹਨੂੰ ਵੱਡੇ ਅਫਸਰਾਂ ਨੇ ਕਿਹਾ ਤੂੰ 500 ਰਿਸ਼ਵਤ ਖਾ। ਬੀਮਾ ਕਰਾਉਣਾ ਤੂੰ ਪਹਿਲੇ ਇੱਕ ਤੂੰ ਬੀਮਾ, ਲੇਕਿਨ ਮੈਂ ਬੀਮਾ ਕਰਾਉਣਾ ਟੈਂਡ ਨਹੀਂ ਕਰਾਉਣੀ। ਸੁਣ ਲਾ, ਤੂੰ ਬੀਮਾ ਕਰਾਉਣਾ ਨਾ ਤੂੰ ਪਹਿਲੇ 2 ਸਾਲ ਬੀਮ ਭਰਤੀ ਦਾ ਕੰਮ ਕਰ, ਉੱਥੋਂ ਫਿਰ ਤੂੰ ਬੀਮਾ ਤੇਰੇ ਆਏਗਾ, ਸਮਝ ਆਈ? ਤੇਰੀ ਜ਼ਿੰਦਗੀ ਤੈਨੂੰ ਲੱਗ ਰਿਹਾ ਕਿੰਨੀ ਕਾ ਨਹੀਂ, ਤੈਨੂੰ ਆਪਣੀ ਮੌਤ ਦਾ ਪਤਾ ਨਹੀਂ? ਮੈਂ ਇਹ ਨਹੀਂ ਕਹਿੰਦਾ ਤਾਂ ਤੂੰ ਤੇਰਾ ਕਿਤੇ ਐਕਸੀਡੈਂਟ ਉਕਸੀਡੈਂਟ ਹੋਣ ਦਾ ਚਾਂਸ ਨਹੀਂ। ਮੈਂ ਕਰਾਉਣਾ ਹੀ ਨਹੀਂ ਬੀਮਾ, ਕਿਉਂਕਿ ਮੈਨੂੰ ਨਾ ਨਜ਼ਰ ਆਉਣ ਲੱਗ ਗਿਆ ਵਾ, ਦੇਖ ਲੈ ਸਿਰ ਦੇਖ ਕੇ ਵੀ ਮੇਰੀ ਮੌਤ ਜਲਦੀ ਆ। ਅੱਛਾ, ਇਹਦਾ ਤੂੰ ਬੀਮਾ ਕੀਤਾ ਨਾ ਤੇ ਤੈਨੂੰ ਮਹਿੰਗਾ ਪੈਣਾ ਹੀ, ਜੱਟਾ ਤੁਸੀਂ ਇਹਨੂੰ ਪੂਰੇ ਨੂੰ ਦੇਖੋ ਔਰ ਜੱਟਾਂ ਦੇ ਬਾਰੇ ਤੁਸੀਂ ਗੱਲਾਂ ਸੁਣੀਆਂ ਨੇ, ਜੱਟ ਜ਼ਮੀਂਦਾਰ ਯੇ ਵੋ, ਇਹ ਕਿੰਨੇ ਪਰਸੈਂਟ ਤੁਹਾਨੂੰ ਜੱਟ ਲੱਗ ਰਿਹਾ ਔਰ ਕਿਹੜਾ ਜੱਟ ਹੋਣਾ ਤੁਹਾਡੇ ਹਿਸਾਬ ਨਾਲ? ਜੱਟ ਜੁਮਾ ਪੜਨ ਗਿਆ ਤੇ ਮੌਲਵੀ ਨੇ ਕਿਹਾ ਅਗਲੇ ਜੁਮੇ ਨਾ ਚਿੱਟੇ ਸੂਟ ਪਾ ਕੇ ਆਉਣੇ ਤੇ ਕਰਾਟਿਆਂ ਵਾਲੀ ਵਰਦੀ ਪਾ ਕੇ ਚਲ ਗਿਆ, ਸਾਰਿਆਂ ਨੇ ਨਮਾਜ਼ ਅੰਜ ਨੀਤੀ ਤੇ ਜੱਟ ਐ ਖੜਾ। ਜੱਟ ਟੂੰਡੇ ਨਾਲ ਚਿੜੀ ਉੱਡੀ ਕਾਂਡਾ ਖੇਲਿਆ ਹੁੰਦੇ, ਤੇਰੀਆਂ ਲਾਹੌਰ 'ਚ ਤੁਕਲਾਂ ਮਸ਼ਹੂਰ ਆ, ਮਤਲਬ ਇੱਦਾਂ ਓਏ ਜੱਟ ਦੀਆਂ ਤੁਕਲਾਂ ਬਾਹਰ ਆ ਰਹੀਆਂ। ਮੇਰਾ ਬੀਮਾ ਪੋਲਿਸੀ ਦਾ ਕਰਾ ਕੇ ਦੇ ਲੈ ਯਾਰ, ਓਏ ਤੇਰਾ ਮੈਂ ਕਮੀਨਾ ਪੋਲਿਸੀ। ਜੱਟ ਤੂੰ ਉੱਥੋਂ ਬਾਹਰੋਂ ਹੋਟਲ ਤੋਂ ਨਾ ਪਹਿਲੇ ਆਲੂ ਬੀਮਾ ਖਾ ਥੋੜ੍ਹਾ ਜਿਹਾ। ਜੱਟ ਮੇਰੀ ਗੱਲ ਸੁਣ, ਜੱਟ ਜ਼ਿੰਦਗੀ ਦਾ ਕੋਈ ਪਤਾ ਨਹੀਂ, 1,00,000 ਰੁਪਏ ਸਾਲ ਦਾ ਬੀਮਾ ਕਰਾ ਲਾ, ਕੋ ਬੱਸ ਵੱਜੀ ਤੇਰੇ ਜੇ, ਕੋ ਤੇਰੇ ਤੋਂ ਟਰੱਕ ਲੰਘ ਗਿਆ, ਕੋ ਤੂੰ ਚਿੰਗਚੀ ਥੱਲੇ ਆ ਗਿਆ, ਕੋ ਲੜਾਈ ਦੇ ਵਿੱਚ ਤੈਨੂੰ ਕਿਸੇ ਨੇ ਫਾਇਰ ਮਾਰਦੇ, ਕੋ ਕੁਛ ਵੀ ਤਰ੍ਹਾਂ ਹੋਇਆ ਤੈਨੂੰ ਪੈਸੇ ਤੇਰੇ ਘਰਦਿਆਂ ਨੂੰ ਮਿਲ ਜਾਣੇ। ਛਾਲ ਮਾਰਦਾ 300 ਰੁਪਏ ਮਿਲ ਸਕਦਾ ਤੈਨੂੰ। ਨਾਦਰੇ ਦੀਆਂ ਮੁੱਛਾਂ ਗੌਰ ਨਾ ਦੇਖੋ, ਤੁਸੀਂ ਕਦੀ ਬਰਫ਼ ਖਿੱਚਣ ਵਾਲੀ ਕੈਂਚੀ ਦੇਖੀ ਹੈ? ਜਿਹੜੇ ਬਰਫ਼ ਇਹਨਾਂ ਦਾ ਚਿਹਰਾ ਵੀ ਗੌਰ ਨਾਲ ਦੇਖੋ, ਚੋਈ ਸਾਹਿਬ ਦਾ ਅੱਜ ਕੱਲ੍ਹ ਖੁਸਰੇ ਨਹੀਂ ਲੱਭਦੇ, ਅਗਲੇ ਇਹਨੂੰ ਬਿਆਨਾ ਫੜਾ ਗਏ। ਅੱਛਾ ਅੱਛਾ, ਗੁਲਾਮਾਬਾਦ ਦੀ ਨਾ ਇੱਕ ਹੈ, ਇਹਨਾਂ ਕੋਲ ਬੜਾ ਨਾ ਇਹਨਾਂ ਕੋਲ ਐਡਵਾਂਟੇਜ ਆ, ਇਹਨਾਂ ਕੋਲ ਐਡਵਾਂਟੇਜ ਆ। ਉਹ ਭਲਾ ਕੀ ਇਹ ਕਿ ਇਹਨਾਂ ਦਾ ਸਟਾਈਲ ਐਡਾ ਮਜ਼ੇਦਾਰ ਹੈ, ਫਿੱਕੀ ਗੱਲ ਵੀ ਕਰਦੇ ਤਾਂ ਉੱਤੇ ਹੱਸ ਆ ਜਾਂਦਾ। ਆਹ ਦੇਖ ਰਿਹਾ ਜਿੱਦਾਂ ਕਹਿੰਦਾ ਇਹੋ ਜਿਹੇ ਹੱਲ ਖਲੇ ਅਖੇਲੇ ਖਲੇ ਵਾਲਾ, ਮਤਲਬ ਇੱਥੇ ਦਾ ਸਟਾਈਲ ਹੀ ਐਡਾ ਮਜ਼ੇਦਾਰ ਆ ਕਿ ਤੋਬਾ। ਚਿੰਚੀ ਦੀ ਗੱਲ ਕਰ ਰਹੇ ਸੀ, ਜੱਟ ਸਾਨੂੰ ਨਵਾਂ ਚਿੰਚੀ ਲੈ ਦਿੱਤਾ, ਕੰਧ 'ਚ ਮਾਰਦਾ ਮੈਂ ਗਿਆ, ਕਹਿੰਦਾ ਰਾਤੀ ਫਿਲਮ 'ਚੋਂ ਲੰਘ ਗਿਆ। CNG ਰਿਕਸ਼ੇ ਵਾਲੇ ਕੁੱਟ ਖਾ ਲਈ, ਕਿਉਂ? ਉਹਨੇ ਸਿਲੰਡਰ ਰੱਖਿਆ ਤੇ ਉਹਨੂੰ ਕਹਿਣ ਡਿਆ ਚਾਚਾ ਜੀ ਹਾਂਡੀ ਰੋਟੀ ਵਿੱਚ ਹੀ ਕਰਦੇ ਹਾਂ। ਇਹਦੀਆਂ ਮੁੱਛਾਂ ਦਾ ਦੇਖ ਲਈਆਂ, ਲੈ ਜਾਓ ਜੀ ਜੱਟ, ਉਹਦੀਆਂ ਮੁੱਛਾਂ ਵੀ ਦੇਖ। ਓ ਵੇ ਉਹ ਪਰੇ ਲੈ ਰਹੀ ਫੌਜੀ ਦਾ ਬੂਟ ਪਾਟਾ, ਜੱਟ ਦੀਆਂ ਮੁੱਛਾਂ ਵੀ ਦੇਖ, ਐਂ ਲੱਗਦਾ ਉਤਲੇ ਬੋਲ ਚ ਸੁਰਮਾ ਪਾਇਆ। ਜੱਟ ਇਹਦੀਆਂ ਮੁੱਛਾਂ ਵੀ ਦੇਖ, ਖਰਬੂਜਾ ਕੱਟਣ ਵਾਲਾ ਚਾਕੂ ਹੁੰਦਾ, ਟ੍ਰੇਨ ਚ ਬਹਿ ਕੇ ਲਾਹੌਰ ਜਾਣ ਡਿਆ ਤੇ ਟੀਟੀ ਨੇ ਰਾਹ ਚ ਉਤਰ ਕੇ ਕੁੱਟਿਆ ਇਹਨੂੰ। ਕਿਉਂ? ਮੈਂ ਕਿਹਾ ਚਾਚਾ ਜੀ ਤੁਸੀਂ ਕਿਉਂ ਕੁੱਟਣੇ? ਕਹਿੰਦਾ ਸਾਰੇ ਰਾਹ ਮੈਨੂੰ ਹੀ ਪੁੱਛਦਾ ਆਇਆ, ਤੁਸੀਂ ਕਿੱਥੇ ਉਤਰਨਾ? ਜੰਗ ਦਾ ਐਲਾਨ ਹੋਇਆ ਤਾਂ ਕਹਿੰਦੇ ਬਾਰਡਰ ਤਿੰਨ ਫੌਜਾਂ ਲਾ ਦਿਓ, ਤਿੰਨੇ ਸਨੋਕਰ ਵਾਲੀ ਬਾਰਡਰ ਦੇ ਫੌਜਾਂ ਲਾਤੀਆਂ। ਭੈਣੇ ਤੁਹਾਨੂੰ ਅੱਛਾ ਜ਼ਰੂਰਤ ਆ ਬੀਮਾ ਕਰਾਉਣ ਦੀ, ਮੈਂ ਤੁਹਾਨੂੰ ਸਹੀ ਤੁਹਾਡੀਆਂ ਅੱਖਾਂ ਦੱਸ ਰਹੀਆਂ ਨੇ ਕਿ ਤੁਸੀਂ ਬੀਮਾ ਕਰਾ ਲਓ, ਬਹੁਤ ਵੱਡੀ ਦਿਹਾੜੀ ਲੱਗਣੀ ਤੁਹਾਡੇ ਘਰਦਿਆਂ ਨੂੰ। ਅੱਛਾ ਜੀ, ਹਾਂ ਦੋ ਗਲੂਕੋਜ਼ ਦੀਆਂ ਬੋਤਲਾਂ। ਮਰੇ ਗਲੂਕੋਜ਼ ਨਾ, ਗਲੂਕੋਜ਼ ਕਿਹੜਾ ਹੁੰਦਾ, ਗਲੂਕੋਜ਼ ਇਹਨੇ ਲੱਗਦਾ ਹੋਰ ਖਾਣੀਆਂ ਮੇਰੇ ਕੋ, ਤੇਰਾ ਵੀ ਮਰੇ ਮੇਰੇ ਤਾਂ ਹੱਥ ਖੁੱਲੇ ਆ।
ਤੁਸੀਂ ਬੀਮਾ ਕਰਾਓਗੇ? ਇਹਦਾ ਫਾਇਦਾ ਕੀ ਭੈਣ? ਤੁਹਾਡੀ ਭੈਣ ਲੱਤ ਟੁੱਟ ਜੇ, ਬਾਂਹ ਟੁੱਟ ਜੇ, ਤੁਹਾਡਾ ਐਕਸੀਡੈਂਟ ਹੋਵੇ, ਤੁਹਾਨੂੰ ਕੋਰਟ ਦੇ ਵਿੱਚ ਛੁਰੀਆਂ ਵੱਜ ਜਾਣ, ਤੁਹਾਡੀ ਵੱਖੀ ਦੀਆਂ ਪਸਲੀਆਂ ਕੱਟੀਆਂ ਜਾਣ। ਯਾਨੀ ਬੀਮੇ 'ਚ ਸਾਰੇ ਹਾਦਸੇ ਲਿਖੇ ਆ, ਕੋਈ ਮਰੀ ਮੁਰੀ ਦਾ ਸਫ਼ਰ ਨਹੀਂ ਲਿਖਿਆ? ਮਰੀ ਸਫ਼ਰ ਕਰਦੇ, ਉਹ ਤੁਹਾਡਾ ਪੈਰ ਤਿਲ ਕੇ ਤੁਸੀਂ ਪਹਾੜੀਆਂ ਤੋਂ ਥੱਲੇ ਡਿੱਗ ਪਓ ਤਾਂ ਵੀ ਤੁਸੀਂ, ਯਾਨੀ ਕਿ ਐਂਡ ਜ਼ਲੀਲ ਹੀ ਆ। ਐਂਡ ਪੈਸੇ ਨੇ ਘਰਦਿਆਂ ਨੂੰ ਬਹੁਤ ਅੱਛੇ ਜੱਟ ਸਾਹਿਬ ਸਾਈਡ ਵਾਲੀ ਜੇਬ 'ਚ ਝਾਵਾਂ ਪਾਇਆ ਹੁੰਦਾ। ਪੈਸੇ ਮਿਲਣੇ, ਪੈਸੇ ਬੀਮੇ ਤੇ, ਓਏ ਐ ਦੇਖ 'ਚ ਵੱਡੀ ਲੈਚੀ ਪਾਈ ਹੁੰਦੀ। ਜੱਟ ਸਾਹਿਬ ਕੀ ਕਹਿ ਰਹੇ ਆ, ਉਸ ਤਰ੍ਹਾਂ ਹੀ ਸਿਮ ਪਾਈ ਹੁੰਦੀ? ਮੈਂ ਕਹਿ ਰਿਹਾ ਜੀ, ਐ ਖੰਬੇ ਤੇ ਰਜਾਕਾਰ ਚੜਿਆ ਹੁੰਦਾ। ਰਜਾਕਾਰ ਸਭ ਮਰੇ ਜੱਟ, ਖੰਬੇ ਤੇ ਰਜਾਕਾਰ ਚੜਿਆ ਹੁੰਦਾ। ਅੱਛਾ ਨਾਲ ਵੀ ਕਹਿੰਦਾ ਰਜਾਕਾਰ ਚੜਿਆ ਹੁੰਦਾ। ਜੱਟ ਸਾਹਿਬ ਕੀ ਕਹਿ ਰਹੇ ਆ, ਸਾਈਡ ਵਾਲੀ ਜੇਬ 'ਚ ਆਪਣਾ ਮੱਛੀ ਫੜਨੇ ਵਾਲੀ ਕੁੰਡੀ ਹੁੰਦੀ? ਆ ਜੱਟ ਦੀ ਸੁਣ ਲਓ, ਉਹ ਬਾਹਰ ਕਟਾਈ 'ਚ ਮੱਛੀ ਤਲਣ ਡਿਆ ਤੇ ਉੱਥੇ ਕੁੰਡੀ ਪਾ ਖੜਾ। ਅੱਛਾ ਸਾਹਿਬ, ਅੱਜ ਦੇ ਦੌਰ 'ਚ ਉਮਰੋ ਯਾਰ ਹੁੰਦਾ ਤਾਂ ਇੱਦਾਂ ਦਾ ਮੂੰਹ ਹੋਣਾ ਸੀ? ਕਸਮੇ ਬਈ ਸਾਜੀ, ਸਹੀ ਗੱਲ ਆ। ਜੇ 3 ਕੁ ਮਹੀਨੇ ਜਿੰਨੀ ਮਹਿੰਗਾਈ ਰਹਿ ਜਾਂਦਾ ਇੱਦਾਂ ਦਾ ਹੋ ਜਾਣਾ। ਜੱਟ ਸਾਹਿਬ ਨੇ 5 ਕਿਲੋ ਮਖਾਣੇ ਲੈ ਲਿਆ, ਮੈਂ ਕਿਹਾ ਇਹ ਕਹਿੰਦਾ ਮਿੱਠੀ ਤਸਵੀਰ ਬਣਾਉਣੀ। ਬਾਟ ਵਾਲੇ ਨੇ ਦੁਕਾਨ 'ਤੇ ਜਾ ਕਹਿੰਦਾ ਯਾਰ ਕੋਈ ਮਿੱਠੀ ਜਿਹੀ ਜੁੱਤੀ ਦਿਖਾ, ਕਹਿੰਦਾ ਉਹ ਕੰਨੀ, ਕਹਿੰਦਾ ਮੇਰਾ ਬੱਚਾ ਮੂੰਹ 'ਚ ਪਾਉਂਦਾ। ਤੈਨੂੰ ਮੇਰੀ ਚੱਦਰ 'ਤੇ ਤੂੰ ਦੁਆਲੇ ਹੋ ਗਿਆ ਬੇਟਾ, ਤੂੰ ਲਾ ਦੇ, ਤੂੰ ਸਾਡਾ ਆਕਾ ਵਾ ਇੱਦਾਂ ਬੈਠਾ। ਬਾਜੇ ਦੇ ਕੰਮ ਤੇ ਜਾਂਦੇ ਸੀ ਤੇ ਬਿਮਾਰ ਹੋ ਗਏ, ਡਾਕਟਰ ਨੂੰ ਜਾ ਕਹਿੰਦਾ ਡਾਕਟਰ ਸਾਹਿਬ ਬਿਮਾਰੀ ਲੱਤ ਦੇ ਨੀ, ਡਾਕਟਰ ਕਹਿੰਦਾ ਇੱਕੋ ਹੀ ਹੱਲ ਆ, ਕਹਿੰਦਾ ਕੀ? ਕਹਿੰਦਾ ਜੂਠਾ ਵਾਜਾ ਛੱਡ ਦੇ। ਇਹ ਨਾ ਕੁੱਲੀ 'ਚ ਰਹਿੰਦਾ ਹੁੰਦਾ ਸੀ ਪਹਿਲੇ, ਇੱਕ ਬੰਦੇ ਨਾਲ ਲੜ ਪਿਆ ਤੇ ਕੈਂਚੀ ਨਾਲ ਇਹਨਾਂ ਦਾ ਕਮਰਾ ਕੱਟ ਗਿਆ ਪਿੱਛੋਂ। ਇਹਦਾ ਵੀ ਘਰ ਸੀ ਕੁੱਲੀ 'ਚ, ਇਹਨਾਂ ਦੀ ਕੋਈ ਬੈਠਕ 'ਚ ਬਲੇਡ ਮਾਰ ਗਏ। ਮੈਂ ਕਿਹਾ ਜੱਟ ਕਿੱਥੇ ਆ ਯਾਰ, ਕਹਿੰਦਾ ਪਿਛਲਾ ਕਮਰਾ ਧੋ ਕੇ ਨਿਚੋੜਨ ਨੇ ਆ। ਉਹ ਤਰਪਾਲ ਦੀ ਕੁੱਲੀ ਸੀ, ਜ਼ਿਮੀਦਾਰ। ਮੈਂ ਯਕੀਨ ਕਰੋ ਪਿੰਡ ਜਾ ਕੇ ਇਹਨਾਂ ਦੀ ਜ਼ਮੀਨ ਦੇਖੀ, ਕੱਲੇ ਕੱਲੇ ਭਰਾ ਨੇ ਭਰਾ 'ਚ ਕਣਕ ਬੀਜੀ ਹੋਈ। ਪਿੰਡ ਦੇ ਵਿੱਚ ਬਦਮਾਸ਼ ਆ ਤੇ ਸ਼ਹਿਰ 'ਚ ਲੰਡਾ ਲਾਇਆ ਹੁੰਦਾ। ਲੋਈ ਨਾਜ਼ਰੀਨ, ਇੱਕ ਬ੍ਰੇਕ, ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ। ਜੱਟ ਸਾਹਿਬ ਤੁਸੀਂ ਬਹਿਣਾ ਕਿ ਜਾਣਾ? ਚੱਲਿਆ ਨਹੀਂ, ਇੱਥੇ ਰਹਿਣਾ ਵਾ ਨਾਜ਼ਰੀਨ। ਬ੍ਰੇਕ ਤੋਂ ਬਾਅਦ ਦੁਬਾਰਾ ਆਉਂਦੇ ਹਾਂ। ਵੈਲਕਮ ਬੈਕ ਨਾਜ਼ਰੀਨ, ਪ੍ਰੋਗਰਾਮ ਦੁਬਾਰਾ ਖੁਸ਼ ਆਮਦੀ, ਅਤੇ ਮੇਰੇ ਨਾਲ ਇੱਕ ਸਾਡਾ ਆਰਟਿਸਟ ਭਰਾ ਰਾਸ਼ਦ ਕਮਾਲ, ਕਲੈਪ ਦੇ ਵਾਸਤੇ। ਅੱਛਾ, ਮੈਂ ਇਹਦੇ ਬਾਰੇ 'ਚ ਇੱਕ ਗੱਲ ਕਹਾਂਗਾ ਨਾਜ਼ਰੀਨ, ਕਿ ਮੈਂ ਬੜੀ ਬਹੁਤ ਅਰਸੇ ਤੋਂ ਸਟੇਜ ਡਰਾਮਾ ਦੇਖਦਾ ਰਿਹਾ, ਕੌਮੇਡੀ ਨਾਲ ਬੜਾ ਤਲਕ ਸੀ ਆਪਣਾ, ਆਬਦ ਖਾਨ ਸਾਹਿਬ, ਤਾਰਕ ਜੁਵੇਦ ਸਾਹਿਬ, ਵੱਡੇ ਲੋਕ ਜਿਹੜੇ, ਮਤਲਬ ਉਹਨਾਂ ਤੋਂ ਬਾਅਦ, ਮਤਲਬ ਮੈਨੂੰ ਅਗਰ ਕੋਈ ਟੇਸਟ ਜਾਂ ਉਹ ਫਿਲਮ ਦੀ ਆਮਦ ਜਾਂ ਕੋਈ ਮੈਨੂੰ ਮਜ਼ਾ ਆਉਂਦਾ ਨਾ, ਤਾਂ ਉਹ ਐਸ ਭਾਈ ਦਾ ਹੁੰਦਾ। ਉਹ ਤਾਂ ਸਾਰੇ ਮਾਸ਼ਾਅੱਲਾ ਅੱਲਾ ਨੂੰ ਪਿਆਰੇ ਹੋ ਗਏ ਨੇ, ਉਹਨਾਂ 'ਚੋਂ ਮਾਨ ਸਾਹਿਬ ਹੈ ਨੇ ਸਾਡੇ ਸਾਰਿਆਂ ਦੇ ਸੀਨੀਅਰ। ਲੇਕਿਨ ਇੱਕ ਆਮ ਜਿਹੜੀ ਰੂਟੀਨ ਦੇ ਵਿੱਚ ਅਗਰ ਕਿਸੇ ਦੀ ਫਿਲਮ ਦੀ ਗੱਲ ਦਾ ਮਜ਼ਾ ਹੁੰਦਾ ਨਾ, ਇਹ ਹੁਣ ਇਹ ਰਿਕਾਰਡਿੰਗ ਤੋਂ ਪਹਿਲੇ ਨਾ ਮੈਂ ਇਹਨੂੰ ਕਿਹਾ, ਮੈਂ ਕਿਹਾ ਤੇਰਾ ਸ਼ਗਿਰਦ, ਇਹ ਸ਼ਗਿਰਦ ਦਾ ਰਾਸ਼ਦ ਦਾ ਹੈ, ਅਤੇ ਮੈਂ ਕਿਹਾ ਤੇਰਾ ਸ਼ਗਿਰਦ ਦਾ ਅਤੇ ਤੈਨੂੰ ਜੁਗਤਾਂ ਕਰ ਲਵੇ। ਕਹਿੰਦਾ ਕਰ ਲਵੇ, ਇਹਨੇ ਕਿਹੜਾ ਜੁਗਤਾਂ ਦੇ ਨਾਲ ਥੁੱਕ ਸਿੱਟੀ ਜਾਣਾ ਮਿਲ ਕੇ। ਇਹ ਬੜੀ ਅੱਛੀ ਗੱਲ ਆ, ਰਾਸ਼ਦ ਕਮਾਲ ਮਾਸ਼ਾਅੱਲਾ ਨੂੰ ਮਿਹਰਬਾਨੀ ਸਜਾਦ ਸਾਹਿਬ, ਤੁਸੀਂ ਸਾਨੂੰ ਇੰਨੀ ਇੱਜ਼ਤ ਬਖਸ਼ੀ, ਤੁਹਾਡੀ ਮਿਹਰਬਾਨੀ। ਲੇਕਿਨ ਜਿੰਨੀਆਂ ਤੁਸੀਂ ਜੁਗਤਾਂ ਸੁਣ ਲਈਆਂ, ਜਿੰਨੀਆਂ ਗੱਲਾਂ ਸੁਣ ਲਈਆਂ, ਉਹਦੇ 'ਚ ਤੁਹਾਡੇ ਵਰਗੇ ਬੰਦੇ ਨੂੰ ਕੋਈ ਬੰਦਾ ਪਸੰਦ ਆ ਜਾਣਾ, ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਨਹੀਂ, ਇੱਕ ਫਿਲਮ ਦੀ ਗੱਲ ਹੁੰਦੀ ਨਾ। ਅੱਛਾ ਰਾਸ਼ਦ, ਇਹ ਭਾਈ ਬੀਮਾ ਪੋਲਿਸੀ ਕਰਦੇ ਨੇ, ਇਹ ਹਾਂ ਨਹੀਂ, ਇਹ ਬੀਮਾ ਕਰਨ ਆਏ ਨੇ ਤੇਰਾ, ਕਹਿੰਦੇ ਨੇ ਕਿ ਤੁਸੀਂ 1,00,000 ਰੁਪਇਆ ਸਾਲ ਦਾ ਦੇਣਾ। ਅੱਛਾ ਜੀ, ਠੀਕ। ਉਸ ਦੌਰਾਨ 1,00,000 ਰੁਪਇਆ ਸਾਲ ਦਾ ਤੁਸੀਂ ਦੇਈ ਜਾਣਾ, ਠੀਕ ਹੈ। ਉਸ ਦੌਰਾਨ ਤੁਹਾਡੇ 'ਚ ਟਰੈਕਟਰ ਵੱਜੇ, ਟਰਾਲੀ ਵੱਜੇ, ਰਕਸ਼ਾ ਚੜ ਜੇ, ਚਿੰਗਜੀ ਤੁਹਾਨੂੰ ਥੱਲੇ ਦੇ ਜੇ, ਤੁਸੀਂ ਟ੍ਰੇਨ ਤੋਂ ਡਿੱਗ ਪਵੋ, ਤੁਹਾਡਾ ਜਹਾਜ਼ ਕਰੈਸ਼ ਹੋ ਜੇ, ਤੁਹਾਡੇ ਘਰਦਿਆਂ ਨੂੰ ਪਿੱਛੋਂ ਪੈਸੇ ਮਿਲਣਗੇ। ਅੱਛਾ ਜੀ, ਹਾਂਜੀ। ਤਾਂ ਮੈਨੂੰ ਕੀ ਪਤਾ ਇਹਨੇ ਦਿੱਤੇ ਕਿ ਨਹੀਂ ਦਿੱਤੇ? ਭਾਜੀ ਗੱਲ ਇਹ ਹੈ ਕਿ ਜ਼ਰੂਰੀ ਨਹੀਂ ਮਰਨ 'ਤੇ ਮਿਲਣੇ। ਅੱਛਾ ਜੀ, ਮਤਲਬ ਤੁਸੀਂ ਕੋਈ, ਤੁਹਾਡੀ ਲੱਤ ਬਾਂਹ ਟੁੱਟ ਗਈ ਆ, ਤੁਹਾਨੂੰ ਕੋਈ ਪ੍ਰੋਬਲਮ ਹੋ ਗਈ ਆ,
ਉਹਦੇ ਵੀ ਉਹਦਾ ਲੇਕਿਨ ਉਹਦੇ ਬਜਟ ਛੋੜਾ ਉਹ ਥੋੜੇ ਮਿਲਣਗੇ। ਅੱਛਾ ਉਹਦੇ 60 ਦੇ ਹਿਸਾਬ ਨਾਲ ਪੈਸੇ ਦੇਣੇ, 60 ਦੇ ਹਿਸਾਬ ਨਾਲ ਪੈਸੇ, ਉਹ ਜ਼ਖਮ ਨਾਪ ਕੇ ਦੇਣੇ ਪੈਸੇ ਇਹਨਾਂ ਨੇ। ਉਹ ਜ਼ਖਮ ਨਾਪ ਕੇ ਨਹੀਂ ਦੇਣੇ, ਮਰਦੇ ਦਰਜੀ ਆ ਜਿਹੜਾ ਬੀਮਾ ਕਰ ਰਿਹਾ ਨਾਲ। ਨਹੀਂ ਨਹੀਂ ਉਹ ਇਹ ਆ ਵੀ ਹੁਣ ਉਸ ਟਾਈਮ ਕਿੱਦਾਂ ਪਹੁੰਚਣਗੇ ਇਹ, ਵੀ ਮੇਰੇ ਤੋਂ ਹੁਣ ਰੇੜਾ ਲੰਘਿਆ ਹੋਵੇ ਮੈਂ ਇਹਨਾਂ ਨੂੰ ਉਡੀਕੀ ਜਾਵਾਂ। ਹਾਂਜੀ ਦੱਸੋ ਜੀ, ਇਹ ਸਵਾਲ ਨੇ ਤੁਹਾਡੇ। ਅਗਰ ਅਸੀਂ ਲੇਟ ਪਹੁੰਚਾਂਗੇ ਤਾਂ ਤੁਹਾਨੂੰ ਫਾਇਦਾ ਉਹਦਾ, ਕਿੱਦਾਂ ਤੁਹਾਡੀ ਜਾਨ ਨਿਕਲ ਜਾਏਗੀ, ਤੁਹਾਨੂੰ ਬਹੁਤੇ ਪੈਸੇ ਮਿਲਣਗੇ। ਉਹ ਮਰੇ ਬੇਟੇ। ਨਹੀਂ ਨਹੀਂ ਵੀਰੇ ਮੈਂ ਇੱਦਾਂ ਦੇ ਪੈਸੇ ਲੈਣੇ ਨਹੀਂ ਜਿਹੜੇ ਮੇਰੇ ਕੰਮ ਹੀ ਨਾ ਆਉਣ। ਇੱਦਾਂ ਦੇ ਬੰਦੇ ਜਿਹੜੇ ਨਾ ਜਦੋਂ ਸਿਆਣੇ ਹੋ ਜਾਂਦੇ ਆ ਨਾ ਨਾਂ ਚੇਂਜ ਕਰ ਦਿੰਦੇ ਸਿਆਣੇ ਬੰਦੇ, ਆ ਵੀ ਨਿਓਲ ਦੀ ਨਾ ਕਿੱਥੇ ਗਿਆ ਸੀ ਨਿਓਲ ਦੀ ਨਾ। ਤੁਸੀਂ ਮੈਨੂੰ ਦੱਸੋ ਵੀ ਕੀ ਬਾਂਹ ਵਟਾਈ ਆ ਤੁਸੀਂ, ਚਾਦਰ ਕਿੱਦਾਂ ਲਈ? ਮਤਲਬ ਚਾਦਰ ਤੁਸੀਂ ਇਹ ਮਤਲਬ ਡਿਜ਼ਾਇਨਾਂ ਵਾਲੀ ਅੱਗੇ ਨੂੰ ਕਰੀ ਜਾਂਦੇ, ਤੇਰੇ ਕੋਈ ਢੋਲ ਕਿਰਾਏ ਤੇ ਜਾਂਦੇ ਆ, ਕੀ ਮਸਲਾ ਯਾਰ? ਇਹ ਰਸ਼ ਤਾਂ ਮੈਂ ਨਾ ਬਣਵਾਈ ਆ ਇਹ ਸਿੰਧੋਂ, ਤੇ ਉਹਨਾਂ ਨੇ ਕਿਹਾ ਸੀ ਵੀ ਉਤੋਂ ਲਾਉਣੀ ਨਹੀਂ ਪੈਣਾ ਇਹ। ਤੁਸੀਂ ਇਹ ਕਿਸੇ ਦੀ ਮੰਨਤ ਪੂਰੀ ਹੋਈ ਮੈਂ ਲੱਗਦਾ ਚੜ੍ਹਾਈ ਆ ਉਹਨੇ ਤੁਹਾਡੇ ਤੇ। ਨਹੀਂ ਭੈਣ। ਅੱਛਾ ਇਹ ਭੈਣ ਮੈਂ 2.25 ਲੱਖ ਰੁਪਏ ਤੇ ਲੱਗਾ। ਇਹ ਤੇ ਕਿਸ਼ਤਾਂ ਤੇ ਲਈ ਹੈ ਇੰਨੇ ਪੈਸੇ, 2.25 ਲੱਖ ਚਾਦਰ ਤੇ ਹੀ ਲਾਤਾ, ਤੇ ਇਹਦੇ ਨਾਲ ਤੁਸੀਂ ਮਕਾਨ ਪਲਸਤਰ ਕਰਾ ਲੈਂਦੇ ਉਹ ਬਿਹਤਰ ਨਹੀਂ ਸੀ ਜਿੱਥੋਂ ਠੰਡ ਅੰਦਰ ਵੜਦੀ ਹੈ? ਇਹਦੇ 'ਚ ਰੇਸ਼ਮ ਦੀ ਤਾਰ ਆ। ਅੱਛਾ ਤੇ ਇਹਦੇ 'ਚ ਰੀਮਾ ਦੀ ਵੀ ਹੋਣੀ ਆ ਫਿਰ? ਨਹੀਂ ਉਹ ਬੀ ਉਹ ਬੀਮਾ ਦੀ ਆ, ਬੀਮਾ ਦੀ। ਅੱਛਾ ਬੀਮਾ ਦੀ, ਹਾਂ ਚੰਗਾ ਕੀਤਾ ਤੁਸੀਂ ਬੀਮਾ ਦਾ ਕੰਮ ਕਰਦੇ ਹੋ। ਹਾਂ ਭਰਤੀ ਕਰਦੇ ਹੋ? ਉਹ ਮਰੇ ਬੀਮਾ ਪਾਲਿਸੀ ਕਰਦੇ ਆ। ਬੀਮਾ ਪਾਲਿਸੀ? ਅੱਛਾ ਬੰਦਾ ਕਟਿਆ ਵੜਿਆ ਉਹਦੇ ਵਾਸਤੇ ਪੈਸੇ? ਹਾਂ ਤੂੰ ਦੱਸ ਤੇਰੇ ਮਤਲਬ ਮੁxtਲਿਫ ਸੱਟਾਂ ਅਗਰ ਲੱਗਣ ਤੂੰ ਕੋ ਪੁੱਛਣਾ ਚਾਹਵੇਂ। ਨਹੀਂ ਨਹੀਂ ਮੈਨੂੰ ਕੋ ਹਲਕੀ ਸੱਟ ਦੇ ਕਿੰਨੇ ਪੈਸੇ ਮਿਲਣਗੇ ਯਾਰ? ਉਹ ਇਹਨਾਂ ਕੋ 20 ਰੁਪਏ ਤੋਂ ਲੈ ਕੇ 10 ਲੱਖ ਤੇ ਕਰਾ ਤੂੰ ਸੱਟ ਦੱਸ। ਨਹੀਂ ਮੇਰੇ ਸੱਟ ਹੁਣ ਮੇਰੇ ਖਾਰਿਸ਼ ਹੁੰਦੀ ਉਹਦਾ ਕੀ ਕਰੋਗੇ? ਉਹ ਕਰ ਦੇਣਗੇ ਕੁਕੜੀ ਦਾ ਪੰਜਾ ਦੇ ਦਾਂਗੇ ਆਪ ਹੀ ਐਂ ਕਰੀ ਜਾਓ। ਆਹੋ ਛੋਟੀ ਛੋਟੀ ਤੇ ਅੱਗੇ ਕੁੱਕੜ ਦਾ ਪੰਜਾ ਲਾ ਦੇਣਗੇ। ਅੱਛਾ ਜੀ, ਨਾਲੇ ਤੁਰਦਾ ਫਿਰਦਾ ਲਾਹਨ ਤਾਂ ਪਾਈ ਜੀ ਤੇ ਨਾਲੇ ਖਾਰਜ ਕਰੀ ਜੀ। ਤਕਲੀਫ ਆ? ਮੈਂ ਤੇਰਾ ਨਿਆਣਾ ਲੁਕੋਇਆ ਅੰਦਰ, ਤੈਨੂੰ ਕੀ ਤਕਲੀਫ ਆ? ਨਹੀਂ ਤੂੰ ਕੋਈ ਨਿਆਣੇ ਦੀ, ਤੂੰ ਚਾਦਰ ਦੇ ਦੁਆਲੇ ਹੋ ਗਿਆ ਬੇਟਾ। ਨਹੀਂ ਤੇ ਚਾਦਰ ਤੂੰ ਨਿਆਣੇ ਦੀ ਝੂਲੀਆਂ ਵੇਚਦਾ ਏਦਾਂ ਦੀ ਲਈ? ਇਹ ਝੂਲੀਆਂ ਕੀ ਹੁੰਦਾ? ਝੂਲੀਆਂ ਕੀ ਹੁੰਦਾ ਜੀ? ਤੈਨੂੰ ਕਿੰਨੇ ਕਿਤੇ ਨੂੰ ਦੁਨੀਆ ਤੇ ਆਇਆ ਨੂੰ? ਲੈ ਦੱਸ, ਚਾਦਰ ਦੇ ਹੀ ਤੂੰ ਦੁਆਲੇ ਹੋਇਆ ਵੀ ਮੈਂ ਲੈ ਲਈ 2.25 ਲੱਖ ਰੁਪਈਆ ਲਾਇਆ ਬਜਾਏ ਤਾਰੀਫ ਕਰਨ ਦੇ, ਤੁਸੀਂ ਅੱਗੋਂ ਮੇਰਾ ਮਜ਼ਾਕ ਉਡਾ ਰਹੇ? ਨਹੀਂ ਡਿਜ਼ਾਇਨ ਮੈਂ ਪਹਿਲੇ ਕੰਪਿਊਟਰ ਤੋਂ ਬਣਵਾਇਆ ਕਿਸੇ ਉੱਥੋਂ ਡਿਜ਼ਾਇਨਰ ਕੋ, ਇਹ ਮੈਂ ਫਿਰ ਸਿੰਧ ਭੇਜਿਆ। ਅੱਛਾ ਹਾਂਜੀ, ਮਹੀਨਾ ਉਹਨਾਂ ਨੂੰ ਸਮਝ ਨਹੀਂ ਆਇਆ, ਮੈਂ ਕਿਹਾ ਇਹੀ ਬੁਨਤੀ ਕਰਨੀ ਆ, ਇਹ ਦੁਨੀਆਂ 'ਚ ਕੋਈ ਚਾਦਰ ਡਿਜ਼ਾਇਨ ਦਿਓ ਮੇਰੇ ਕੋ ਆ। ਇਹ ਕਿਹਦੇ ਨਾਲ ਦੀ ਹੋਰ ਆ? ਉਹ ਅਲਣ ਫਕੀਰ ਕੋਲ ਆ। ਦੂਜੀ ਇਹਦਾ ਕੋਈ ਚਾਦਰ? ਇਹ ਤੁਹਾਨੂੰ ਜਲਨ ਫਕੀਰ ਹੋ ਰਹੀ ਹੈ ਮੇਰੇ ਤੋਂ ਨਾ ਨਾ। ਅੱਛਾ ਭੈਣ ਤੁਸੀਂ ਦੱਸੋ। ਨਹੀਂ ਜੀ ਰਾਸ਼ ਸਾਹਿਬ, ਅਗਰ ਤੁਸੀਂ 1 ਲੱਖ ਰੁਪਇਆ ਸਾਲ ਦਾ ਜਮ੍ਹਾਂ ਕਰਾਉਂਦੇ ਤੁਹਾਨੂੰ 20 ਸਾਲ ਬਾਅਦ 1 ਕਰੋੜ ਰੁਪਇਆ ਮਿਲੇਗਾ। 20 ਸਾਲ ਬਾਅਦ ਮੈਂ ਤੈਨੂੰ ਲੱਭੂ ਕਿੱਥੋਂ? ਨਹੀਂ ਮੈਂ ਨਹੀਂ ਲੱਭਣਾ, ਤੁਸੀਂ ਮੈਨੂੰ ਲੱਭਣਾ ਕਿਉਂਕਿ ਪੈਸੇ ਤੁਹਾਨੂੰ ਮੈਂ ਦੇਣੇ ਆ। ਉਹਦੇ ਵਿੱਚ ਮੈਨੂੰ ਕੋਈ 10 ਕੁ ਲੱਖ ਦੇ ਦਿਓ, ਬਾਕੀ ਮੈਂ ਤੁਹਾਨੂੰ ਹੌਲੀ ਹੌਲੀ ਦੇਈ ਜਾਊਂਗਾ। ਉਹ ਯਾਰ ਬੀਮੇ ਦਾ ਮਕਸਦ ਹੁੰਦਾ, ਮੇਰੀ ਗੱਲ ਸੁਣ, ਤੈਨੂੰ ਜ਼ਿਆਦਾ ਪੈਸੇ ਚਾਹੀਦੇ ਨਾ? ਮੈਨੂੰ ਚਾਹੀਦੇ ਵੱਡੇ ਰੋਡ ਤੇ ਜਿਹੜਾ ਪੈਟਰੋਲ ਨਹੀਂ ਲੈ ਕੇ ਆਉਂਦੇ ਕੰਟੇਨਰ, ਉਹਦੇ ਥੱਲੇ ਆ ਜਾ। ਬੜੀ ਗੱਲ ਆ, ਮੈਨੂੰ ਨਾ ਮੈਨੂੰ ਮਹਿੰਗੀ ਮਹਿੰਗੀ ਗੱਡੀ ਅਗਲੇ ਟਾਇਰ ਥੱਲੇ ਆਏ, ਤੁਹਾਨੂੰ 11 ਲੱਖ ਰੁਪਏ ਮਿਲ ਜਾਏਗਾ। ਤੇ ਜੇ ਪਿਛਲੇ ਥੱਲੇ ਆਵੇ ਫਿਰ 10 ਵਾਪਸ ਲੈ ਕੇ ਉਹਨੂੰ 40 ਦੇ ਦੇਵਾਂਗੇ। ਜੇ ਪਿਛਲੇ ਆਵੇ ਹਾਂ, ਉਹ ਤੇ ਲੋਡ ਜ਼ਿਆਦਾ ਹੁੰਦਾ। ਅਗਰ ਤੇਰੀ ਨਾਲ ਤੁਸੀਂ ਮੈਨੂੰ ਇਦਾਂ ਮਾਰੋ ਨਾ ਜਿਹੜਾ ਮੇਰੇ ਮਾੜਾ ਮੋਟਾ ਮੇਰੀ ਸ਼ਕਲ ਤਾਂ ਪਛਾਣੀ ਜਾਵੇ। ਅਜੇ ਇਸ ਟਾਇਰ ਥੱਲੇ ਤੂੰ ਦੇਣ ਡਿਆ ਤੇ ਮੈਨੂੰ ਉਹਦਾ ਹੀ ਉਹਨਾਂ ਦਾ ਵਰਕਾ ਜਾ ਬਣਾ ਦੇ। ਕੱਲੀਆਂ ਲੱਤਾਂ ਦੇ ਦੇ ਨੇ। ਕੱਲੀਆਂ ਲੱਤਾਂ ਦੇ ਕਿੰਨੇ ਆ? ਲੱਤਾਂ ਮੈਂ ਕਰਦਾ ਯਾਰ, ਤੈਨੂੰ ਹਿਸਾਬ ਆ ਰਿਹਾ? ਕੱਲੀਆਂ ਲੱਤਾਂ ਦੇ ਕੀ? ਕੱਲੀਆਂ ਲੱਤਾਂ ਦਾ ਭਾਣ ਤੁਹਾਨੂੰ ਮਿਲੇਗਾ 25,320 ਰੁਪਏ। 25,000 ਅਗਰ ਤੁਹਾਡੇ 9 ਸਾਬਤ ਹੋਏ ਅੱਛਾ ਤੇ ਉਹਦਾ 1,000 ਰੁਪਇਆ ਵੱਧ ਮਿਲੇਗਾ। ਅਗਰ 9 ਵੀ ਨਾਲ ਮਸਲੇ ਗਏ ਤੇ ਉਹਦਾ 1,000 ਕੱਟਿਆ ਜਾਏ। ਨਹੀਂ ਨਹੀਂ ਯਾਰ, ਤੇਰਾ ਵੀਰਾ ਹਿਸਾਬ ਆਪਣਾ ਸਹੀ ਕਰ। ਕੁਛ ਹੈ ਜਿਹੜੀ ਹੁਣ ਲੱਤ ਵੇਖ ਗੋਡੇ ਤੱਕ ਕੱਟੀ ਜਾਣੀ ਆ, ਉਹਦੇ ਕਿੰਨੇ ਪੈਸੇ ਦੇਗਾ? ਉਹਦਾ 1,300 ਰੁਪਇਆ ਦੇ ਦੇਣਾ। ਰਾਸ਼ ਦੇ ਤੇਰਾ ਸ਼ਗਿਰਦਾ? ਇਹ ਸ਼ਗਿਰਦੀ ਆ ਜੀ। ਇਹਨੇ ਕੀ ਸਿੱਖਿਆ ਤੇਰੇ ਕੋਲ? ਇਹਨੇ ਮੇਰੇ ਕੋ ਘੱਟ ਸਿੱਖਿਆ। ਇਹ ਜਦੋਂ ਮੈਂ ਸਿਖਾਉਣ ਲੱਗਦਾ ਉਦੋਂ ਭੱਜ ਜਾਂਦਾ ਵਾ। ਤੂੰ ਕਿਉਂ ਨਹੀਂ ਸਿੱਖ ਰਿਹਾ ਇਹਦੇ ਕੋਲੋਂ? ਜਦੋਂ ਸਿਖਾਉਣ ਦਾ ਟਾਈਮ ਆਉਂਦਾ ਉਦੋਂ ਹੀ ਤਾਂ ਭਜਾ ਦਿੰਦੇ ਆ। ਭਾਈ ਰਾਸ਼ਦ ਸਾਹਿਬ ਕਿੱਦਾਂ ਭੱਜਦਾ ਭੱਜਦਾ ਸਿਖਾਵਾਂ ਵੀ? ਤੂੰ ਕਿਤੇ ਖਲੋਏਗਾ ਤਾਂ ਤੈਨੂੰ ਕੁਛ ਐ ਸਿਖਾਵਾਂਗੇ। ਹੁਣ ਨਸਿਆ ਜਾਂਦਾ ਕਿੱਦਾਂ ਤੈਨੂੰ ਸਿਖਾਵਾਂ ਵੀ ਤੂੰ? ਆਹੋ ਨਹੀਂ ਇਹ ਵੀ ਗੱਲ ਆ ਭਾਈ ਰਾਸ਼ਦ, ਖੜੇ ਪੈਰੀ ਸਿੱਖਣਾ। ਇੱਕ ਗੱਲ ਤਾਂ ਦੱਸੋ, ਇਹ ਤੁਹਾਡੇ ਵਾਲਦ ਸਾਹਿਬ ਪਾਇਲਟ ਆ?
ਕਿਉਂ ਕੀ ਗੱਲ ਤੁਹਾਡੇ ਵਿਹੜੇ 'ਚ ਜਹਾਜ਼ ਲਾਤਾ ਉਹਨਾਂ ਨੇ? ਨਹੀਂ ਮਾਸ਼ਾਅੱਲਾ ਬਹੁਤ ਵੱਡੇ ਐਕਟਰ ਹੈ, ਪਹਿਲਾਂ ਵਿਹਲੇ ਫਿਰਦੇ ਹੁੰਦੇ ਸੀ। ਕਿੱਦਾਂ? ਇਹਨਾਂ ਨੂੰ ਮੈਂ ਕਿਹਾ ਤੁਹਾਨੂੰ ਨਾ ਮੈਂ ਕੰਮ 'ਤੇ ਲਵਾਉਣਾ 10,000 ਰੁਪਈਆ ਤਨਖਾਹ, ਕੰਮ ਕੀ ਹੈ ਮੂੰਹ ਨਾਲ ਬੋਤਲਾਂ ਖੋਲਣੀਆਂ। ਪਹਿਲੇ ਦਿਨ ਗਏ, 2 ਬੋਤਲਾਂ ਖੋਲੀਆਂ ਅਤੇ ਬੇਹੋਸ਼ ਹੋ ਗਏ। ਮੈਂ ਕਿਹਾ ਕੀ ਹੋਇਆ? ਢੱਕਣ ਅੰਦਰ ਲੰਘ ਗਿਆ। ਅੱਛਾ ਯਾਰ ਰਾਸ਼ਦ, ਤੇਰੇ ਕੁੱਲ ਕਿੰਨੇ ਸ਼ਾਗਿਰਦ ਨੇ? ਮੇਰੇ ਬਿਲਕੁਲ ਕੰਮ ਸੁਕਮ ਹੈ ਨੇ, ਕੋਈ 4-5 ਹੈ ਨੇ ਬਸ। 4-5 ਨੇ? ਹਾਂਜੀ। ਉਹਨਾਂ 'ਚੋਂ ਇਹ ਕਿਹੜੇ ਨੰਬਰ 'ਤੇ ਹੈ? ਇਹ ਸਮਝ ਲਓ ਵੀ 5.25 ਨੇ। ਇਹਨੂੰ ਮੈਂ 5.25 ਹੀ ਗਿਣਦਾ, ਕਿਉਂਕਿ ਡਿਊਟੀ ਨਹੀਂ ਦਿੰਦਾ ਇਹ। ਅੱਛਾ, ਇਹ ਉਮਰੋ ਯਾਰ ਟੈਪ ਨਹੀਂ ਕਰੈਕਟਰ? ਓਏ ਹੋਏ, ਇਹ ਆਮ ਨਹੀਂ ਬੰਦਾ, ਇਹ ਮੈਨੂੰ ਲੰਡੇ 'ਚੋਂ ਲੱਭਿਆ ਵਾ। ਲਓ ਜੀ ਨਾਜ਼ਰੀਨ, ਇੱਕ ਛੋਟਾ ਜਿਹਾ ਬ੍ਰੇਕ ਤੋਂ, ਬ੍ਰੇਕ ਤੋਂ ਬਾਅਦ ਇਨਸ਼ਾਅੱਲਾ ਆਪਾਂ ਸ਼ੁਗਲ ਮੇਲਾ ਜਾਰੀ ਰੱਖਦੇ ਹਾਂ, ਸਾਡੇ ਨਾਲ ਰਹਿਣਾ। ਵੈਲਕਮ ਬੈਕ ਨਾਜ਼ਰੀਨ, ਪ੍ਰੋਗਰਾਮ ਦੁਬਾਰਾ ਖੁਸ਼ ਆਮਦੀਦ। ਬੜੀ ਅੱਛੀ ਗੁਫ਼ਤਗੂ ਹੋ ਰਹੀ ਸੀ ਇਹ ਸ਼ਾਗਿਰਦ ਔਰ ਉਸਤਾਦ, ਠੀਕ ਹੈ? ਇਹ ਇੱਕ ਤਾਂ ਨਾ ਮੇਰਾ ਉਹ ਜੱਟ ਹੁੰਦੂ ਕੋਈ ਚੱਦਰ ਨੂੰ ਗੱਲ ਕੀਤੀ ਨਾ, ਜਿੱਡੀ ਮਹਿੰਗੀ ਹੈ, ਮੈਂ ਕਹਿੰਦਾ ਇਹ ਕਟਾਂ ਜੇ ਵੇਚ ਕੇ ਤੈਨੂੰ ਕੁਛ ਐ ਲਾ ਦੇਵਾਂ। ਉਹ ਬੇਟਾ ਇਹ 2.25 ਲੱਖ ਰੁਪਏ ਦੀ ਚੱਦਰ ਆ, ਅਤੇ ਕਮ ਅਜ਼ ਕਮ 1 ਲੱਖ ਰੁਪਏ ਦੇ ਫੂੰਦੇ ਨੇ ਇਹਦੇ। ਆਹ 2 ਫੂੰਦੇ ਲਾ ਕੇ ਜਾ ਸਿਗਟਾਂ ਸੁਗਟਾਂ ਲੈ ਕੇ ਆ। ਇਹ ਜੱਟ ਤਾਂ ਐਵੇਂ ਪਿਆ ਮਖੌਲ ਦੇ ਵਿੱਚ ਸ਼ੁਗਲ 'ਚ, ਜੱਟ ਨੂੰ ਕੀ ਪਤਾ? ਇਹ 2.25 ਲੱਖ ਦੀ ਅਤੇ ਇਹਨੇ 4 ਬੰਦੇ ਨੂੰ ਨੁੱਕਣਾ ਫੜਾ ਕੇ 2.25 ਲੱਖ ਇਕੱਠਾ ਕਰ ਲਿਆ ਇੱਥੇ। ਉਹ ਜੱਟ, ਮਹਿੰਗਾਈ ਬਹੁਤ ਹੋ ਗਈ ਹੈ ਤਾਂ 2.25 ਲੱਖ ਦੀ ਪਈ ਨੇ, ਅਤੇ ਪਿਛਲੇ ਸਾਲ 1 ਲੱਖ ਦੀ ਪੈਂਦੀ। ਇੱਦਾਂ ਦਾ ਢੋਲ ਵਾਲਾ ਨਾਲ ਲਿਆ, ਇੱਦਾਂ ਦਾ ਮਗਰ ਲੁੱਡੀ ਪਾਉਣ ਲਈ, ਅਤੇ ਇਹਨੇ 4 ਨੁੱਕਰਾਂ ਫੜਾਈਆਂ, 2.25 ਲੱਖ ਇਕੱਠਾ ਕਰ ਲਿਆ। ਰੰਗ ਬਰੰਗੀ ਸੀ ਤੇ ਦਰਬਾਰ ਤੇਰੇ ਦਾ ਦੱਸੀ। ਅੱਛਾ, ਜਿੱਦਾਂ ਦਾ ਲੁੱਡੀ ਪਾਉਣ ਵਾਲਾ ਨਾ, ਇੱਦਾਂ ਦਾ ਬੰਗਾ ਬਗੈਰ ਢੋਲ ਤੋਂ ਵੀ ਲੁੱਡੀ ਪਾਉਂਦਾ ਹੁੰਦਾ। ਉਹ ਕਿੱਦਾਂ ਕਹਿੰਦਾ? ਮੈਂ ਬਾਅਦ 'ਚ ਯਾਰ ਢੋਲ ਸੁਣ ਲੂੰਗਾ ਲੁੱਡੀ ਪਾਉਣ ਡਿਆ। ਮੈਂ ਢੋਲ ਮੈਂ ਘਰ ਜਾ ਕੇ ਸੁਣ ਲੂੰ। ਪੈਸੇ ਪਾਉਣ ਲੱਗੇ, ਇਹਨੂੰ ਪੁੱਛੇ ਨਾ ਲਿਜਾਣੀ ਕਿੱਥੇ ਨੇ, ਕਿਹਾ ਸਿੰਧ। ਮੈਨੂੰ ਕਿਸੇ ਨੇ ਪੁੱਛਿਆ ਨਾ ਕਿੱਧਰ, ਮੈਂ ਕਿਹਾ ਮੈਂ ਜੱਟ ਦੇ ਮਕਬਰੇ ਤੇ ਪਾਉਣੀ ਜਾ। ਜੱਟ ਤਾਂ ਵਿਚਾਰਾ ਬਣ ਕੇ ਪਛਤਾਉਣ ਡਿਆ ਮਾਨ। ਉਹ ਜੱਟ ਕਿੱਧਰੋਂ ਆਏ? ਇਹ ਬਗੈਰ ਜਾਨਵਰਾਂ ਤੋਂ ਜੱਟ ਆ, ਯਕੀਨ ਕਰੋ। ਔਰ ਨਾ ਇਹਨਾਂ ਦੇ ਘਰ ਕੁਝ ਮੱਝ ਬੰਨਣ ਨੂੰ ਜਗ੍ਹਾ ਵਾ, ਲੇਕਿਨ ਜੱਟ ਵਾ ਫੇਰ ਵੀ, ਯਕੀਨ ਕਰ। ਅੱਛਾ, ਤੂੰ ਇਹਦੇ ਨਾਲ, ਤੇਰਾ ਬੜੇ ਸਾਲਾਂ ਤੋਂ ਤੱਲਾ, ਤੂੰ ਕੋਈ ਹਰਕਤ ਐਸੀ ਵੇਖੀ ਕਿ ਤੈਨੂੰ ਯਕੀਨ ਹੋਵੇ ਕੋ ਯਾਰ ਜੱਟ ਵਾ? ਕਈ ਯਾਰ ਕਦੀ ਐਸੀ ਹਰਕਤ, ਕੋਈ ਲੜਾਈ ਕਰਦਿਆਂ ਕਦੀ ਮਤਲਬ ਅਗਲੇ ਨੂੰ 10 ਬੰਦਿਆਂ ਨਾਲ ਲੜ ਪਿਆ ਹੋਵੇ? ਕਹਿੰਦਾ ਲੜਾਈ ਜਦੋਂ ਕਰਦਾ ਨਾ, ਤੇ ਉਦੋਂ ਫੌਰੀ ਪਹਿਲੇ ਰਕਸ਼ਾ ਕਰਾਉਂਦਾ ਵੀ ਮੈਨੂੰ ਲਾ ਕੇ ਆ ਤੂੰ, ਇਹ ਉਹ ਜੱਟ ਆ। ਅੱਛਾ ਜੱਟ, ਲੈ ਵੀ ਯਕੀਨ ਕਰ, ਕੋਈ ਐਸਾ ਇੱਥੇ ਇੰਨੇ ਬੰਦਿਆਂ 'ਚ ਸਬੂਤ ਦੇ ਦੇ ਕਿ ਤੂੰ ਜੱਟ ਆ, ਅਸੀਂ ਮੰਨ ਜਾਂਗੇ ਕਿ ਤੂੰ ਜੱਟ। ਜਾਨਵਰ ਐਸਾ ਦਿਖਾ ਦੇ ਕਿਸੇ ਰਿਸ਼ਤੇਦਾਰ ਦੇ ਵੀ ਜਿਹੜਾ ਕੋਈ ਦੁੱਧ 1.5-2 ਕਿਲੋ ਦਿੰਦਾ ਹੋਵੇ, ਵੀ ਤੈਨੂੰ ਅਸੀਂ ਜੱਟ ਮੰਨ ਲਈ। ਬਸ ਦੱਸ ਵੀ ਜੱਟ, ਉਹ ਜੱਟ ਹੈ, ਮੈਨੂੰ ਦੱਸ ਦੇ ਯਾਰ ਤੂੰ, ਕੋਈ ਨਿਸ਼ਾਨੀ ਦੱਸ ਨਾ ਜੱਟ ਵਾਲੀ, ਸਿਹਤ ਤਾਂ ਤੇਰੀ ਹੈ ਨਹੀਂ। ਚੱਲ ਤੂੰ ਇਹੀ ਦੱਸ ਦੇ, ਸਾਡੇ ਮਕਾਨ ਦੇ ਨਾ ਬਾਹਰ ਪੱਥਰ ਲੱਗਾ, ਅਸੀਂ ਮੰਨ ਲਾਂਗੇ ਜੱਟ ਆ। ਨਾ, ਜੱਟਾਂ ਦੇ ਪੱਥਰ ਲੱਗੇ ਹਨ? ਉਹ ਜੱਟ ਸਾਫ਼ ਸੁਥਰੇ ਤਾਂ ਹੁੰਦੇ ਆ, ਉਹ ਬੇਟਾ ਨੂੰ ਪਾਥੀਆਂ ਲੱਗੀਆਂ ਹੁੰਦੀਆਂ ਉਹਨਾਂ ਦੇ ਮਕਾਨਾਂ 'ਚ। ਅੱਛਾ ਯਾਰ ਹੁਣ, ਅੱਛਾ ਸੋਹਣੀ ਸਾਹਿਬ, ਤੁਸੀਂ ਹੁਣ ਕੋਈ ਇਹ ਦੋਸਤ ਬਹੁਤ ਕਾਬਲ ਆਦਮੀ ਹੈ ਜੱਟ, ਵੀ 4 ਕਿਲੋ ਚਿਕਨ ਪਕੌੜਾ ਮੰਗਾ ਕੇ ਅਤੇ ਇਕੱਲਾ ਹੀ ਖਾਈ ਜਾ ਰਿਹਾ। ਇਹਦਾ ਅੱਬਾ ਕਹਿੰਦਾ ਓਏ ਮਿਲ ਕੇ ਖਾਈਦਾ, ਅਤੇ ਜੱਫੀ ਪਾ ਕਹਿੰਦਾ ਅੱਛਾ ਬਾਈ, ਤਾਂ ਇਕੱਲਾ ਹੀ ਫੇਰ ਸ਼ੁਰੂ ਹੋ ਗਿਆ। ਉਹ ਤੋਤੇ ਨੂੰ ਖੁਰੀਆਂ ਲਵਾਈਆਂ, ਇੱਧਰ ਧਿਆਨ ਕਰ। ਉਹ ਛੋਟੀਆਂ ਜੁਗਤਾਂ ਮਾਰੋ ਛੋਟੀਆਂ, ਤੁਸੀਂ ਐਂ ਬਾਲ ਵਾਹੇ ਜਿਵੇਂ ਲੁੜੀ ਜਾਣ ਦੇ। ਜੱਟ ਮੱਛਰ ਨੂੰ ਸੰਗਲ ਪਾਇਆ, ਮੱਛਰ ਨੂੰ ਭਾਈ ਦਾ ਵੀ ਮੂੰਹ ਹੈ, ਹਾਥੀ ਦਾ ਪੈਰ ਦੇ ਥੱਲੇ ਕੱਢਾ ਹੈ ਉਹਦਾ। ਜੱਟ ਦੀ ਕੁੱਲੀ ਆ, ਤੇ ਲੰਡੇ 'ਚ ਫਿਰਨ ਦਿਆਂ ਮੈਂ ਕਿਹਾ ਕੀ ਕਰਨ ਦਿਆਂ, ਕਹਿੰਦਾ ਯਾਰ ਗਰਮ ਜਿਹਾ ਕਮਰਾ ਲੱਭਣ ਡਿਆ ਹੱਥੋਂ। ਇਹਦੀ ਕੁੱਲੀ ਦਾ ਫਾਇਦਾ ਬਹੁਤ ਆ, ਕੀ ਬਾਰਿਸ਼ ਤੋਂ ਬਾਅਦ ਨਿਚੋੜ ਵੀ ਲੈਂਦਾ। ਮੈਂ ਜੱਟ ਉਹਨਾਂ ਦੇ ਘਰ ਗਿਆ ਕੁੱਲੀ 'ਚ, ਕਹਿੰਦਾ ਦਰਵਾਜ਼ਾ ਚੁੱਕ ਕੇ ਅੰਦਰ ਆ ਜਾ। ਅੱਛਾ, ਮੈਂ ਜੱਟ ਦੇ ਘਰ ਗਿਆ ਨਾ, ਤੇ ਜੱਟ ਨੇ ਯਕੀਨ ਕਰੋ ਅੱਧੀ ਕੁੱਲੀ ਪਾੜੀ ਹੋਈ। ਮੈਂ ਕਿਹਾ ਇਹ ਕੀ ਹੋਇਆ? ਕਹਿੰਦਾ ਬੈਠਕ ਦੀ ਕਮੀਜ਼ ਸਵਾ ਲਈ। ਬੈਠਕ ਦੀ ਕਮੀਜ਼ ਸਵਾ ਲਈ, ਇਹ ਜੱਟ ਕੁੱਲੀ 'ਚ ਰਹਿੰਦਾ ਯਕੀਨ ਕਰੋ। ਟੀਵੀ ਲੈ ਲਿਆ ਤੇ 2 ਸਾਲ ਉਦਾਂ ਹੀ ਪਿਆ ਰਿਹਾ, ਕਿਉਂ? ਕੁਤੇ ਰੱਖਣ ਨੂੰ ਜਗ੍ਹਾ ਹੈ ਨਹੀਂ ਕੁੱਲੀ 'ਚ, ਕਿਹੜੀ ਜਗ੍ਹਾ। ਜੱਟ ਦੀ ਕੁੱਲੀ ਸੀ ਤੇ ਫਾੜ ਗਈ ਉਹਨੂੰ ਕੰਗੀ ਨਾਲ ਸਹੀ ਕਰਨ ਦਿਆ। ਛੱਤ ਤੇ ਚੋਰ ਆ ਗਏ ਤੇ ਸਾਰੇ ਬੈੱਡ ਤੇ ਆ ਗਏ। ਚੋਰ ਨੇ ਛੱਤ ਤੇ ਛਾਲ ਮਾਰੀ ਤੇ ਸਿੱਧਾ ਜੱਟ ਦੇ ਉੱਤੇ। ਜੱਟ ਕੱਪੜੇ ਵਾਲੀ ਦੁਕਾਨ ਤੇ ਫਿਰਨ ਦਿਆ, ਮੈਂ ਕਿਹਾ ਜੱਟ ਕੀ ਹੋਇਆ? ਕਹਿੰਦਾ ਯਾਰ ਪਿਛਲੀ ਦੀਵਾਰ ਤੇ ਬੋਰ ਆ ਗਈ। ਆਪਣੇ ਕਮਰੇ 'ਚ ਸੁੱਤਾ ਤੇ ਸੁਬਹ ਉੱਠ ਕੇ ਰੋਣ ਡਿਆ, ਮੈਂ ਕੀ ਹੋਇਆ? ਕਹਿੰਦਾ ਰਾਤ ਦੀ ਨੇਰੀ ਆਈ, ਕਮਰਾ ਨਹੀਂ ਲੱਭਣ ਡਿਆ।
आप मुझे पता है आप मुझे कप पकड़ के भाग जाएंगे। हाँ नहीं खाना कुली या काम तो आया था अपने बुए ना पसीना साफ करन दिया बुए नहीं पसीना साफ कर जट कुली च सुता पाया तो बारिश हो गई तो उतो कुली पार्टी ही सी तो चुंगलां दे के सौ गया कुली अक्सर लोग नहीं पता कुली होंगी जी इस तरह झोंपड़ी टाइप ओदी तरपाल दी नहीं बनी होंगी कनोपी टाइप मतलब वो तरपाल दी होंदी अक्सर जगह दे चुल्लियां बनिया होंदियां ने दे विच लोग रह भी रहंदे वो कपड़े दी होंदी है ते उत्ते गल हो रही हां जी एक कुल्लियां ना प्रोफेसर आ ओए तैनू तां बड़ी तकनीक ना समझा रहे क्योंकि कुल्लियां वेच ही कर रहा वा तू ये चिद्दर लई तेरा शाही पाल मसाला मशहूर आ तैनू असल च साड़ पै रहा है जिंदगी च तैनू इदां दी नसीब नहीं होनी जट ने कमेटी पाई है क्यों कहंदा जदों निकले मैं अपने दरवाजे ने ज़िप लवाउणी है बरनौल केड़ी ठिकिया जट का जिदा का मूह यकीन करो अद्धी रात बंदा केबल देखता हो तो बेच इदा की सीढ़ी जरूर फसी होती जी ऐ करी जी ये तेनू ही कहना सी अज मेरी चादर ना आती तो तू इस्लामाबाद का सब तो फिका बंदा देखो भाई नहीं है सलवार सुकने पाई यार जंग बड़ा वड्डा मारका मारिया जनाब होना जंग लगी तो दौड़े ही गया दौड़े गया उन्होंने फौज भी टप गया पर चल गया कर्नल ने फोन किया चौधरी कितने कहना फलाना इंडिया का अफसर भी मेरे को भी कोल शाबाश सारे नू मेरे को लिया कहना आन नहीं देंदे आ भी आर्मी च लग गया तो बार्डर ते खड़ा है ते अफसर ने फोन किया कहना की पोजीशन है कहना सठा ते चार आउट आ अच्छा जी राशा साहब कोई ये भी पहले फौज हुंदा सी ए हां ए ते फौज हुंदा सी ते ड्यूटी ते गया ते तू जंग लग गई ए कोलों दी गोली लंघी ते पिस्तौल सुट के भज गया क्यों कहना समझदार वास्ते इशारा ही बहुत हुंदा उस्ताद होनी जनाने सी ते ट्यूशन ते नचण दे ते कोई पैसा नहीं होया एक अंग्रेज निकलिया तो वो अगर वाहवा नचण लग गया तो उन्हें कहा शट अप तो मैं क्या की होया हुण कच्चा नहीं होने कहिंदा इक टुटे नल सी है ये भी जनाना सी ते ट्रैफिक पुलिस च लग गया हुण सारे ते ट्रैफिक पुलिस वाले ट्रैफिक कंट्रोल करदे ने ऐ करके इशारा करके तुसीं इधर आ जाओ तुसीं इधर आ जाओ ये हुण अपने हिसाब नाल उत्थे जाके ट्रैफिक कंट्रोल करियो ते चौंक च खलो कहिंदा वे इधर आ लियो आ जाओ रुक जाओ वे हाय मैं मार गई भी एना ने नहीं लंघना तो जो चारों पासे ट्रैफिक जाम हो जाए तो फिर अपने गुरु वाला तरीका जमाउंदी है आई जो तिलंगी जा आई जो तिलंगी बेटा सियाने कहते ने कुत्ता जिन्ना मर्जी तेज हो जाए उस्ताद नूं एक गुर नहीं दसदा कैसा लानती है नाल इज्जत भी करी जांदा नाल भी कही जांदा इस्ताद वर्गा खुसरा स्टेशन ते नचदा हुंदा ना
ਫਿਰ ਡੈਮੋ ਤੇਰਾ ਦੂਸਰਾ ਬਣ ਕੇ ਵੀ ਇਹਨੂੰ ਕੰਮ ਕਰਨਾ ਪੈਣਾ ਉਹ ਕਿਦਾਂ ਕਿਉਂਕਿ ਇਹਨੂੰ ਵੇਲਾ ਦੇਣੀਆਂ ਨਹੀਂ ਕਿਸੇ ਨੇ ਆਹੋ ਮਜ਼ਦੂਰੀ ਕਰ ਕੰਮ ਕਰ ਯਾਨੀ ਯਾਨੀ ਜਿਹੜੀ ਖੁਸਰੀ ਆ ਤੇ ਇੱਕ ਮਹਿਕਮਾ ਨਾ ਉਹਦੇ ਮੁਤਾਬਕ ਤੇਰਾ ਮੂੰਹ ਹੀ ਨਹੀਂ ਹੈਗਾ ਉਹਦੇ ਕਹਿਣ ਦਾ ਮਤਲਬ ਆ ਸਹੀ ਗੱਲ ਆ ਅੱਛਾ ਇੱਦਾਂ ਦੇ ਖੁਸਰੇ ਹੁੰਦੇ ਜਿਹੜਾ ਸਾਰੀ ਜ਼ਿੰਦਗੀ ਨਾ ਕਿਤੇ ਡਾਂਸ ਡੂੰਸ ਦਾ ਕੰਮ ਕੁੰਮ ਨਹੀਂ ਚੱਲਦਾ ਤੇ ਫਿਰ ਮੇਲੇ 'ਚ ਪਾਨਾ ਸੀਟਾਂ ਦੁਕਾਨ ਪਾ ਕੇ ਬਹਿ ਜਾਂਦੇ ਉੱਥੇ ਫਿਰ ਜਿਹੜਾ ਗਾਹਕ ਆਉਂਦਾ ਨਾ ਤੇ ਉਹਨੂੰ ਹੁਣ ਨਾਲੇ ਆਪਣਾ ਠਰਕ ਪੂਰਾ ਕਰਦੇ ਆ ਤੇ ਨਾਲੇ ਉਹਨੂੰ ਸਮਾਨ ਦੇਣਗੇ ਉਹਨੂੰ ਕਿਹਾ ਹਾਂ ਵੇ ਕੀ ਲੈਣਾ ਵਾ ਉਹ ਬੰਦਾ ਕਹਿੰਦਾ ਮੈਂ ਸੀਟਾਂ ਲੈਣੀਆਂ ਆ ਲੈ ਫੜ ਆਪੇ ਹੀ ਕੱਢ ਲੈ ਉਸਤਾਦ ਹੁਣਾਂ ਵਰਗਾ ਖੁਸਰਾ ਨਾ ਮੌਤ ਦੇ ਖੂਹ 'ਤੇ ਨੱਚਦਾ ਹੁੰਦਾ ਅਤੇ ਉੱਤੋਂ ਨਸ਼ਈ ਪੰਜਾਂ ਵਾਲਾ ਠੀਪਾ ਲੈ ਕੇ ਲੱਗਾ ਹੁੰਦਾ ਅਤੇ ਹੁਣ ਇਹ ਕਹਿਣਾ ਨਾ ਵੇ ਨਾ ਭਰਾਵਾਂ ਮੇਰਾ ਡੇਲਾ ਨਾ ਕੱਢ ਦੀ ਨਹੀਂ ਨਹੀਂ ਇੱਦਾਂ ਦਾ ਖੁਸਰਾ ਵਾ ਮੁੜ ਕੇ ਨਾ ਦੂਜੇ ਖੁਸਰੇ ਨੂੰ ਨਸੀਹਤ ਕਰਦਾ ਹੁੰਦਾ ਨਹੀਂ ਇਹ ਠੀਪਾ ਮਾਰ ਦਿੰਦੇ ਹੁੰਦੇ ਆ ਹੈਲਮਟ ਪਾ ਲਓ ਅੱਛਾ ਰਾਸ਼ਦ ਮਤਲਬ ਸ਼ਗਿਰਦ ਤੇਰਾ ਹਾਂਜੀ ਇਹ ਤੋਂ ਕੀ ਉਮੀਦਾਂ ਵਾਪਸਤਾ ਨੇ ਇਹ ਅੱਲਾ ਖੈਰ ਕਰੇ ਮੈਨੂੰ ਇਹ ਤੋਂ ਕੋਈ ਉਮੀਦ ਨਹੀਂ ਮੈਂ ਤਾਂ ਫਟਾਫਟ ਮੇਰੀ ਦੁਆ ਆ ਕੇ ਕਿਤੇ ਦੂਸਰੇ ਸ਼ਹਿਰ 'ਚ ਚਲਾ ਜਾਵੇ ਉੱਥੇ ਜਾ ਕੇ ਲੋਕਾਂ ਨੂੰ ਕੰਮ ਸਿਖਾ ਪੁੱਤ ਤੈਨੂੰ ਆ ਗਿਆ ਅੱਛਾ ਇਹਨੇ ਤੈਨੂੰ ਕੀ ਦਿੱਤਾ ਸੀ ਜਦੋਂ ਸ਼ਗਿਰਦੀ ਕੀਤੀ ਤੈਨੂੰ ਕੋਈ ਗਾਨਾ ਬੰਨਿਆ ਇਹਨੇ ਮੈਨੂੰ ਟਾਈਮ ਦਿੱਤਾ ਸੀ ਕਹਿੰਦਾ ਉਸਤਾਦ ਜੀ ਮੈਂ ਹਜੇ ਕਮਾਉਣੇ ਨੇ ਪੈਸੇ ਕੰਮ 'ਤੇ ਲੱਗੂੰਗਾ ਤੁਹਾਡੀ ਕੁਛ ਹੈ ਇਨਸ਼ਾਅੱਲਾ ਤੁਹਾਨੂੰ ਦੇਵਾਂਗੇ ਬਸ ਹਾਂ ਕਹਿੰਦਾ ਇਹਨੇ ਮੈਨੂੰ ਟਾਈਮ ਦਿੱਤਾ ਸੀ ਸ਼ਗਿਰਦੀ 'ਚ ਨਹੀਂ ਮਰੇ ਕੋਈ ਖੁੱਸਾ ਕੋਈ ਚੱਦਰਾ ਦੇ ਕੋਈ ਇੱਦਾਂ ਦਾ ਨਿਜ਼ਾਮ ਕੋਈ ਗੱਲਬਾਤ ਭਾਈ ਗੋਸ਼ਤ ਲਿਆ ਕੇ ਦੇ ਪੁੱਤਰ ਛੋਟਾ ਕਹਿੰਦਾ ਉਸਤਾਦ ਜੀ ਕੋਈ ਸੁੱਟਦਾ ਹੀ ਨਹੀਂ ਤੇ ਤੂੰ ਨਹੀਂ ਸਿੱਟੀਆਂ ਅੱਗੋਂ ਨਹੀਂ ਮੈਂ ਕਿਹਾ ਵੀ ਕਿਹੜਾ ਸ਼ਗਿਰਦਾਂ ਤੂੰ ਫਿਟੇ ਮੇਰਾ ਆਹੋ ਤੂੰ ਸਹੀ ਦੱਸ ਕਿ ਸ਼ਗਿਰਦੀ 'ਚ ਕਿੰਨੇ ਪੈਸੇ ਦਿੱਤੇ ਸੀ ਜੋੜਾ ਪੱਗ ਖੁੱਸਾ ਕੀ ਕਿੱਦਾਂ ਸ਼ਗਿਰਦੀ ਕੀਤੀ ਇਹਨਾਂ ਚੀਜ਼ਾਂ ਤੋਂ ਤਾਂ ਬਚਿਆ ਮੁੰਡਾ ਹੈ ਇਹਨਾਂ ਚੀਜ਼ਾਂ ਤੋਂ ਬਚਿਆ ਵਾ ਮੁੰਡਾ ਨਾ ਜੋੜਾ ਨਾ ਕੋਈ ਸ਼ੈ ਨਹੀਂ ਕੋਈ ਤੈਨੂੰ ਘਰ ਬੁਲਾ ਕੇ ਦਾਵਤ ਕੋਈ ਉਸਤਾਦ ਜੀ ਆਓ ਘਰੋਂ ਲੰਗਰ ਖਾਓ ਉਸਤਾਦ ਜੀ ਤੁਹਾਡੀ ਸਰਦੀਆਂ ਆ ਗਈਆਂ ਮੈਂ ਕਿਹਾ ਮੈਨੂੰ ਵਹਿਮ ਪੁੱਤ ਮੈਨੂੰ ਘਰ ਬੁਲਾ ਕਹਿੰਦਾ ਉਸਤਾਦ ਜੀ ਮੈਂ ਆਪ ਨਾਲ ਲੈਂਦੇ ਸੌਂਦਾ ਅੱਛਾ ਹੁਣ ਬੀਮਾ ਨਹੀਂ ਕਰਾਉਣਾ ਆਖਰ ਤੇ ਲਓ ਜੀ ਬੀਮਾ ਮੈਂ ਨਹੀਂ ਵੀਰੇ ਕਰਾਉਣਾ ਵੀਰੇ ਜਿਹੜੇ ਉਹ ਪੈਸੇ ਮੈਨੂੰ ਜਿਹੜੇ ਜ਼ਿੰਦਗੀ ਦੇ ਕੁਛ ਆ ਕਰਾ ਤੂੰ ਸਿਰਫ ਸੱਟਾਂ ਵਾਲਾ ਕਰਾ ਆ ਸੱਟਾਂ ਵਾਲਾ ਮੈਨੂੰ ਰਗੜਾਂ ਵਾਲਾ ਦੇ ਦੇ ਵੀ ਤੂੰ ਬੀਮਾ ਕਰਾਉਣਾ ਨਹੀਂ ਭਾ ਇਹ ਮੁੰਡੇ ਨੇ ਨਹੀਂ ਕਰਾਉਣਾ ਇਹ ਇਹਨਾਂ ਦੇ ਮੁੱਲੇ ਹਜੇ ਚੱਲੇ ਆ ਹੀ ਨਹੀਂ ਬੀਮਾ ਉਹ ਯਾਰ ਮੇਰੀ ਚੱਦਰ ਇੱਕ ਮਿੰਟ ਠਹਿਰੋ ਨਹੀਂ ਨਹੀਂ ਤੂੰ 2.25 ਲੱਖ ਜਾ ਫਰਾਂਸ ਦੀ ਚੱਦਰ ਇਹਨੂੰ ਲੜ ਗਈ ਅਸਲ 'ਚ ਇਹਨੂੰ ਤਕਲੀਫ ਇਹ ਇਹੋ ਜਿਹੇ ਬੰਦੇ ਨੇ ਬਾਹਰ ਜਾ ਕੇ ਮੈਨੂੰ ਕਹਿਣਾ ਜਾ ਭਾਈ ਇਹ 2 ਦਿਨ ਵਾਸਤੇ ਜਾਣਾ ਤੇਰਾ ਮੇਰੇ ਸਹੁਰੇ ਆ ਰਹੇ ਨੇ ਮੈਂ ਰੋ ਪਾਉਣਾ ਉਹਨਾਂ 'ਤੇ ਇਹ ਤੈਨੂੰ ਮੈਨੂੰ ਪਤਾ ਤੂੰ ਬਾਹਰ ਜਾ ਕੇ ਮੰਗਣੀ ਹੈ ਮੈਨੂੰ ਹੁਣੇ ਹੀ ਪਰਾਈ ਜਿਹੀ ਲੱਗਣ ਲੱਗ ਪਈ ਮਰੇ ਰੰਗੀਨ ਹੈ ਇਹ ਤੁਹਾਡੀ ਕੁੱਲੀ 'ਤੇ ਪਈ ਹੋਵੇ ਯਕੀਨ ਕਰੋ ਤੁਸੀਂ ਸਾਈਕਲਾਂ ਦੇ ਮੁੰਡੇ ਲੱਗੋ ਜਿੱਦਾਂ ਇਹ ਲੈ ਕੇ ਸਿੰਧ ਦੇ ਮੋਚੀ ਲੱਗਣ ਨਾ ਆਹੋ ਸਹੀ ਗੱਲ ਹੈ ਉਹ ਤੂੰ ਚੱਦਰ ਲੈ ਲਾ ਜਿੰਨੇ ਰੰਗ ਆ ਮਾਈ ਮੀਤ ਗੋਟੇ ਲਾਉਣ ਆਈ ਹੁੰਦੀ ਬੇਟਾ ਮੈਂ ਇਹ ਸੁਣਨੀ ਸੀ ਮੈਂ ਇਹਨੇ ਖਜਾ ਕੇ ਗੱਲ ਕਰਦਾ ਇਹ ਉਂਝ ਨਹੀਂ ਕਰਦਾ ਗੋਟੇ ਲਾਉਣ ਆਈ ਹੈ ਇਹਦਾ ਹੁਣ ਸਮਝਾ ਵੀ ਸਾਡੀ ਆਵਾਮ ਨੂੰ ਨਹੀਂ ਪਤਾ ਲੱਗਦਾ ਮਾਈ ਮੀਂਹ 'ਚ ਗੋਟੇ ਲਾਉਣ ਆਈ ਕੀ ਮਤਲਬ ਆਹ ਤੇ ਬਾਰਿਸ਼ ਹੋ ਰਹੀ ਸਰਦੀਆਂ ਦੇ ਵਿੱਚ ਪਾਥੀਆਂ ਜਿਹੜਾ ਸੁੱਕੀਆਂ ਸੁੱਕੀਆਂ ਅੱਛਾ ਪਾਥੀਆਂ ਨੂੰ ਗੋਟੇ ਕਹਿੰਦੇ ਨੇ ਅੱਛਾ ਤੂੰ ਵੀ ਸਮਝ 70 ਲਾਉਣ ਆਈ 70 ਕੋਈ ਇੱਧਰ ਦੀ ਗੱਲ ਕਰ ਤੂੰ ਸਾਂਗਲੇ ਦਾ ਜੱਟ ਲੱਗਦਾ ਨਹੀਂ ਨਹੀਂ ਇੱਦਾਂ ਨਹੀਂ ਕੋਈ ਤੇਰੇ ਸ਼ਗਿਰਦ ਸਾਰੇ ਇੱਦਾਂ ਦੇ ਫਿੱਕੇ ਹੀ ਜਾਂਦੇ ਇਹ ਤੋਂ ਪਹਿਲਾਂ ਤੈਨੂੰ ਕਿੰਨੇ ਕੁ ਮਿਲੇ ਆ ਤੇਰੀ ਸਮਝ ਨਹੀਂ ਲੱਗਣ ਦੀ ਹੈਗੀ ਕੈਸਾ ਗੁੱਲੀ ਵਰਗਾ ਮੂੰਹ ਆ ਤੇਰਾ ਸ਼ਗਿਰਦ ਤਾਂ ਮੈਨੂੰ ਕੋਈ ਜੱਟਾਂ ਵਾਲੀ ਸ਼ਾਇਦ ਦੱਸ ਦੇ ਉਹ ਤੂੰ ਆਪਣਾ ਯਾਰ ਉਹ ਤੇਰੇ ਹੁਣ ਖੰਜਰ ਮਾਰ ਦੇਵੇ ਉਹ ਨਹੀਂ ਖੰਜਰ ਵਾਲਾ ਤਾਂ ਹੈ ਹੀ ਤੇਰੇ ਉੱਤੋਂ ਮੱਝਾਂ ਨੰਗਾ ਦੇਵੇ ਨਹੀਂ ਮੈਨੂੰ ਆਪਣੀ ਚੀਜ਼ਾਂ ਦਿਖਾਵੇ ਤੇਰੀ ਜੇ ਵੀ ਜੱਟ ਤੂੰ ਆਪਣੀ ਕਿਹੜੀ ਚੀਜ਼ ਤੂੰ ਦੇਖਣੀ ਮੈਂ ਕਹਿੰਦਾ ਮੈਨੂੰ ਜ਼ਮੀਨ ਦਿਖਾਵੇ ਮੈਨੂੰ ਕੋਈ ਆਪਣੇ ਰਿਸ਼ਤੇਦਾਰ ਦਿਖਾਵੇ ਮੈਨੂੰ ਕੋਈ ਸ਼ਰੀਕਾ ਕਬੀਲਾ ਕੋਈ ਐਸੇ ਚੰਗੀ ਜਗ੍ਹਾ ਤੇ ਸੈੱਟ ਹੋਇਆ ਦਿਖਾ ਦੇਵੇ ਕੋਈ ਖਾਨਦਾਨ 'ਚ ਗੌਰਮੈਂਟ ਨੌਕਰੀ 'ਚ ਲੱਗਾ ਮੈਨੂੰ ਦਿਖਾ ਦੇਵੇ ਆਪਣੇ ਕਿਹੜਾ ਜੱਟ ਹੈ ਤੂੰ ਕਹਿੰਦਾ ਵੀ ਤੈਨੂੰ ਆਪਣੇ ਘਰੋਂ ਸਾਦਾ ਜੱਟ ਸੁਣ ਲਾ ਤੂੰ ਕਹਿੰਦਾ ਵੀ ਤੈਨੂੂੰ ਆਪਣੇ ਘਰੋਂ 25-30 ਕਿਲੋ ਇਕੱਠਾ ਗੋਇਆ ਦਿਖਾ ਦੇਵੇ ਕਰ ਫਿਰ ਰਾਜੀ ਹੋ ਜਾ ਚੱਲ ਗੋਇਆ ਹੀ ਮੈਨੂੰ ਦਿਖਾ ਦੇਵੇ ਤੂੰ ਕਿੰਨਾ ਖਾਣਾ ਵਾ ਬੀਮਾ ਪਲੀਸੀ ਕਰਾ ਕੇ ਕੈਸਾ ਚਿਲਮ ਦੇ ਰੋੜੇ ਵਰਗਾ ਸਿਰ ਕਰਾ ਨਹੀਂ ਮਤਲਬ ਤੇਰਾ ਸ਼ਗਿਰਦਾ ਦੇਖ ਉਹਦੀਆਂ ਅੱਖਾਂ ਜੱਟਾਂ ਵਾਲੇ ਚੌਂਕ ਰੋਂਦੀ ਪਈ ਹੁੰਦੀ
ਓਏ ਰੋਂਡੀ ਕੀ ਹੁੰਦੀ ਉਹ ਜਿਹੜੇ ਬੰਦੇ ਕੋ ਬੈਂਟੇ ਮੇਰੇ ਆ ਇਹ ਨਹੀਂ ਸਹੀ ਉਹ ਬੈਂਟੇ ਉਹ ਫਿੱਟੇ ਨੂੰ ਉਹ ਤੇਰਾ ਸ਼ਗੀਰ ਦਾ ਫਿੱਟੇ ਨੂੰ ਜਲਾਇਆ ਦੀ ਟੈਂਕੀ ਤੇ ਚਿੜੀ ਬੈਠੀ ਓਏ ਰਾਸ਼ਦ ਦਾ ਸ਼ਗੀਰ ਦਾ ਤੁੱਕਲ ਨੂੰ ਖਿੱਚ ਵੱਜੀ ਅੱਛਾ ਯਕੀਨ ਕਰੋ ਜਿੱਥੇ ਚਾਰ ਬੰਦੇ ਤਾਸ਼ ਖੇਲਦੇ ਹੋਣ ਨਾ ਤੇ ਏਦਾਂ ਦਾ ਬੰਦਾ ਐਵੇਂ ਕੋਲ ਜਾ ਕਹਿੰਦਾ ਤੀਫੇ ਤੇਰੇ ਨਾਂ ਦੀ ਚਾਹ ਪੀਆ ਵਾ ਵੈਲਕਮ ਬੈਕ ਨਾਜ਼ਰੀਨ ਪ੍ਰੋਗਰਾਮ ਦੁਬਾਰਾ ਖੁਸ਼ਾਮਦੀਦ ਨਾਜ਼ਰੀਨ ਤੁਸੀਂ ਸਾਡੇ ਉਹ ਜਿਹੜੇ ਡਬਿੰਗ ਵਾਲੇ ਕਲਿਪਸ ਲਿਪ ਵੇਖੋ ਤੇ ਆਪਾਂ ਦੁਬਾਰਾ ਮਿਲਦੇ ਹਾਂ ਮੋਨੀਜ਼ਰ ਜ਼ਰਾ ਜੱਟ ਨਾਲ ਚੱਦਰ ਦੀ ਥੋੜ੍ਹੀ ਡਿਸਕਸ ਕਰ ਲਓ ਐ ਜੀ ਨਾਜ਼ਰੀਨ ਇਸ ਟਾਈਮ ਕਮਾਲੀਏ ਦੇ ਵਿੱਚ ਬਹੁਤ ਜ਼ਿਆਦਾ ਮਸਲਾ ਆਪਣਾ ਖਰਾਬ ਹੋਇਆ ਪਿਆ ਕਮਾਲੀਏ ਦਾ ਜਿਹੜਾ ਹੋਸਪਿਟਲ ਹੈ ਇੱਕ ਮੇਨ ਉੱਥੇ ਜਨਾਬ ਜੀ ਜਿਹੜੇ ਨਾ ਬੇਹੋਸ਼ ਕਰਨ ਵਾਲਾ ਡਾਕਟਰ ਉਹ ਬਿਲਕੁਲ ਆਪ 'ਚ ਮੈਨੂੰ ਲੱਗਦਾ ਕਿਤੇ ਬੇਹੋਸ਼ ਹੋਇਆ ਪਿਆ ਬਾਕੀ ਡਾਕਟਰ ਜਿਹੜੇ ਨੇ ਸਾਰੇ ਆਪਰੇਸ਼ਨ ਵਾਲੇ ਸਰਜਰੀ ਵਾਲੇ ਦੂਸਰੇ ਤੀਸਰੇ ਨਰਸਰੀ ਵਾਲੇ ਉਹ ਸਾਰੇ ਹੈ ਨੇ ਲੇਕਿਨ ਬੇਹੋਸ਼ ਵਾਲਾ ਇੱਥੇ ਨਹੀਂ ਹੈ ਹੁਣ ਗੱਲ ਇਹ ਕਿ ਬੇਹੋਸ਼ ਵਾਲਾ ਡਾਕਟਰ ਨੇ ਬੇਹੋਸ਼ ਕਰਨਾ ਅਤੇ ਬਾਕੀ ਦੋ ਡਾਕਟਰਾਂ ਨੇ ਆਪਣਾ ਕੰਮ ਸ਼ੁਰੂ ਕਰਨਾ ਜਾਂ ਤਾਂ ਫਿਰ ਇੱਦਾਂ ਹੁਣ ਵੀ ਮਰੀਜ਼ ਦੇ ਜਿਹੜੇ ਲਵਾਹਕੀਨ ਨੇ ਉਹ ਹੀ ਕੋਈ ਮਤਲਬ ਸ਼ਾਇਦ ਦੇ ਕੇ ਆਪਣੇ ਮਰੀਜ਼ ਨੂੰ ਆਪਣਾ ਬੇਹੋਸ਼ ਆਪ ਹੀ ਕਰ ਲੈਣ ਤੁਸੀਂ ਸਾਰੇ ਇਹ ਦੱਸੋ ਮੈਨੂੰ ਤੁਹਾਨੂੰ ਇੱਥੇ ਕੀ ਪ੍ਰੋਬਲਮ ਆ ਰਹੀ ਤੁਸੀਂ ਸ਼ਹਿਰੀ ਜੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਬੜਾ ਦੁੱਖ ਭਰਿਆ ਜੀ ਜਨਾਬ ਜੀ ਸਾਡਾ ਇੱਥੇ ਮਸਲਾ ਹੈ ਕਿ ਜੀ ਮੇਰਾ ਆਪਰੇਸ਼ਨ ਸੀ ਆਪਣਾ ਇੱਕ ਅਜ਼ੀਜ਼ ਦਾ ਅਤੇ ਮੈਂ ਇੱਥੇ ਲੈ ਕੇ ਆਇਆ ਉਹਨੂੰ ਉਹਨਾਂ ਨੇ ਕਿਹਾ ਜੀ ਕਿ ਇਹ ਬੇਹੋਸ਼ ਕਰਨ ਵਾਲਾ ਡਾਕਟਰ ਹੈ ਨਹੀਂ ਮੈਂ ਕਿਹਾ ਇਹ ਤਾਂ ਪਹਿਲੇ ਬੇਹੋਸ਼ ਆ ਤਾਂ ਦੀ ਤੈਨੂੰ ਮੈਂ ਲੈ ਕੇ ਆਇਆ ਤੁਸੀਂ ਆਪਰੇਸ਼ਨ ਕਰੋ ਉਹਨਾਂ ਨੇ ਕਿਹਾ ਨਹੀਂ ਜੀ ਇਹ ਬੇਹੋਸ਼ ਆਪਣੇ ਵੱਲੋਂ ਹੋਇਆ ਸਾਡੇ ਵੱਲੋਂ ਬੇਹੋਸ਼ ਕਰਨ ਵਾਲਾ ਡਾਕਟਰ ਹੈ ਨਹੀਂ ਗਾ ਮੈਂ ਫਿਰ ਆਪਣੀ ਅਕਲ ਇਸਤੇਮਾਲ ਕੀਤੀ ਥੋੜ੍ਹਾ ਜਿਹਾ ਜਦੋਂ ਮਰੀਜ਼ ਆਪ ਹੀ ਹੋਸ਼ 'ਚ ਆਇਆ ਤਾਂ ਮੈਂ ਉਹਦੇ ਕੰਨ 'ਚ ਕਿਹਾ ਉਸਤਾਦ ਪੈਟਰੋਲ 2500 ਰੁਪਏ ਲੀਟਰ ਹੋ ਗਿਆ ਜੀ ਉਹ ਵਿਚਾਰਾ ਐਸਾ ਬੇਹੋਸ਼ ਹੋਇਆ ਮੈਂ ਡਾਕਟਰਾਂ ਨੂੰ ਫੌਰਨ ਕਿਹਾ ਮੈਂ ਕਿਹਾ ਛੇਤੀ ਛੇਤੀ ਕਰ ਦਿਓ ਆਪਰੇਸ਼ਨ ਬਹੁਤ ਅੱਛੇ ਨਾਜ਼ਰੀਨ ਤੁਸੀਂ ਦੇਖਿਆ ਕਿ ਇਹਨਾਂ ਨੇ ਕਿਸ ਤਰੀਕੇ ਨਾਲ ਲੋਕ ਵਿਚਾਰੇ ਜਿਹੜੇ ਬਹੁਤ ਪਰੇਸ਼ਾਨ ਨੇ ਮੈਂ ਕਹਿੰਦਾ ਬੇਹੋਸ਼ ਕਰਨ ਵਾਲਾ ਡਾਕਟਰ ਜਿਹੜਾ ਉਹਨੂੰ ਛੇਤੀ ਛੇਤੀ ਵਾਪਸ ਭੇਜੋ ਗੌਰਮੈਂਟ ਨੂੰ ਚਾਹੀਦਾ ਕਿਉਂਕਿ ਬਾਕੀਆਂ ਦੀਆਂ ਤਨਖਾਹਾਂ ਵੀ ਨਜਾਇਜ਼ ਹੀ ਪੈ ਰਹੀਆਂ ਨੇ ਔਰ ਵਿਹਲੇ ਬੈਠੇ ਨੇ ਵਿਚਾਰੇ ਹੁਣ ਇਹ ਜਾਗਦੇ ਬੰਦੇ ਨੂੰ ਆਪਰੇਸ਼ਨ ਕਰਨ ਤਾਂ ਇਹ ਬੁਰੀ ਗੱਲ ਆ ਕਿ ਮਤਲਬ ਅਗਲਾ ਦਿਲ ਕਰੇ ਚਪੇੜਾ ਮਾਰ ਦੇਵੇ ਵੀ ਤੁਸੀਂ ਮੇਰੇ ਕੱਟ ਵੱਟ ਕਰ ਦਿੱਤਾ ਇਹ ਜ਼ਿਆਦਤੀ ਹੈ ਜ਼ਿਆਦਾ ਆਪਣਾ ਹਕੂਮਤ ਨੂੰ ਚਾਹੀਦਾ ਕਿ ਇੱਥੇ ਵੱਲ ਥੋੜ੍ਹੀ ਜਿਹੀ ਤਵੱਜਾ ਦੇਣ ਜੀ ਐਂ ਜੀ ਨਾਜ਼ਰੀਨ ਇਸ ਟਾਈਮ ਜਿਹੜਾ ਹੈੱਡ ਤਰੀਮੋ ਦੇ ਉੱਪਰ ਪੁੱਲ ਆ ਔਰ ਜਿਹੜੇ ਬਾਕੀ ਵੀ ਇੱਕ ਦੋ ਪੁੱਲ ਨੇ ਜਿਹੜੇ ਉਹਨਾਂ ਨੇ ਬਿਲਕੁਲ ਪੁੱਲ ਬੰਦ ਕਰ ਦਿੱਤੇ ਨੇ ਕਿਸਾਨਾਂ ਨੇ ਕਿਹਾ ਕਿ ਸਾਡੀਆਂ ਡਿਮਾਂਡਾਂ ਜਿਹੜੀਆਂ ਪਹਿਲੇ ਪੂਰੀਆਂ ਕਰੋ ਸ਼ੂਗਰ ਮਿੱਲਾਂ ਨੂੰ ਚਲਾਓ ਤਾਂ ਕਿ ਸਾਡੀ ਰੋਜ਼ੀ ਰੋਟੀ ਜਿਹੜੀ ਚੱਲੇ ਇਸ ਬਾਰੇ 'ਚ ਪੁੱਛਦੇ ਹਾਂ ਸਾਡੇ ਨਾਲ ਇੱਕ ਸਿਆਣੇ ਨੇ ਜਿਹੜੇ ਇਹਨਾਂ ਸਾਰਿਆਂ ਦੇ ਵਿੱਚੋਂ ਮੈਨੂੰ ਲੱਗੇ ਉਹਨਾਂ ਨੇ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੀ ਡਿਮਾਂਡ ਕੀ ਆ ਔਰ ਤੁਸੀਂ ਇਹ ਪੁੱਲ ਜਿਹੜਾ ਕਦੋਂ ਤੱਕ ਜਿਹੜਾ ਬਿੱਲ ਪੁੱਲ ਮੈਨੂੰ ਬੰਦ ਰੱਖਣਾ ਤੁਸੀਂ ਮੇਰੀ ਡਿਮਾਂਡ ਕੋਈ ਨਹੀਂ ਜੀ ਮੈਂ ਤਾਂ ਕਹਿੰਦਾ ਵੀ ਇਹਨਾਂ ਕਿਸਾਨਾਂ ਦੇ ਜਿਹੜਾ ਕੋਈ ਹੱਲ ਕੱਢੋ ਨਹੀਂ ਤਾਂ ਭਾਅ ਜੀ ਅਸੀਂ ਫਿਰ ਇਹਨਾਂ ਦੇ ਨਾਲ ਡਟੇ ਹਾਂ ਗੌਰਮੈਂਟ ਨੇ ਵਾਅਦਾ ਕੀਤਾ ਸੀ ਸ਼ੂਗਰ ਮਿੱਲਾਂ ਚਲਾਵਾਂਗੇ ਲੇਕਿਨ ਕੋਈ ਸ਼ੂਗਰ ਮਿੱਲ ਨਹੀਂ ਚੱਲੀ ਔਰ ਸ਼ੂਗਰ ਅਦਾ ਕਰਨੀ ਚਾਹੀਦੀ ਹੈ ਇਸ ਕੌਮ ਨੂੰ ਕਿ ਅਸੀਂ ਹਾਲੇ ਕੋਈ ਆਪਣਾ ਐਸਾ ਵੈਸਾ ਕਦਮ ਨਹੀਂ ਅਸੀਂ ਚੁੱਕਿਆ ਇਸ ਗੌਰਮੈਂਟ ਨੂੰ ਇਹਦੀ ਆਪਣਾ ਸ਼ੂਗਰ ਅਦਾ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਵਰਨਾ ਅਸੀਂ ਇਹ ਪੁੱਲ ਇੱਥੇ ਢਾ ਵੀ ਸਕਦੇ ਹਾਂ ਅਸੀਂ ਪੁੱਲ ਦੇ ਉੱਤੇ ਐਸਾ ਕੰਮ ਕਰਾਂਗੇ ਕਿ ਨੰਗਣ ਲੱਗਿਆ ਬੰਦੇ ਜਿਹੜੇ ਉਹ ਥੂ ਥੂ ਕਰਨਗੇ ਨੱਕ ਅੱਗੇ ਹੱਥ ਰੱਖ ਲਿਆ ਕਰਨਗੇ ਅਸੀਂ ਨਹੀਂ ਤਾਂ ਨਹੀਂ ਚਾਹੁੰਦੇ ਜੀ ਨਾਜ਼ਰੀਨ ਇਹਨਾਂ ਨੇ ਧਮਕੀ ਬਹੁਤ ਜ਼ਹਿਰੀਲੀ ਜੀ ਦਿੱਤੀ ਹੈ ਬੜੀ ਆਪਣਾ ਗੁਮਨਾਮ ਜੀ ਧਮਕੀ ਔਰ ਡਰ ਵਾਲੀ ਧਮਕੀ ਇਹਨਾਂ ਨੇ ਦਿੱਤੀ ਕਿ ਸਰ ਸਾਡੇ ਨਾਲ ਇੱਕ ਹੋਰ ਭਾਈ ਨੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿੱਧਰ ਖਲੋਤੇ ਤੁਸੀਂ ਇੱਥੇ ਕੀ ਕਰਨ ਆਏ ਜੇ ਜੀ ਬਿਸਮਿਲਾ ਜੀ ਮੈਂ ਆਇਆ ਜਨਾਬ ਜੀ ਇੱਥੇ ਪੁੱਲ 'ਤੇ ਔਰ ਮੈਂ ਪੁੱਲ ਉੱਤਰਦੇ ਖੱਬੇ ਹੱਥ ਮੇਰੀ ਸਾਲੀ ਦਾ ਘਰ ਆ ਔਰ ਮੈਂ ਉੱਥੇ ਜਾਣਾ ਅਗਰ ਮੈਂ ਇੱਧਰੋਂ ਦੀ ਨਾ ਗਿਆ ਮੈਨੂੰ ਬਹੁਤ ਉੱਤੋਂ ਦੀ ਵਲਾ ਪੈਣਾ ਮੈਂ ਉਹ ਵਲਾ ਪਾਉਣਾ ਨਹੀਂ ਚਾਹੁੰਦਾ ਔਰ ਦੂਸਰੀ ਗੱਲ ਹੈ ਕਿ ਮੇਰੀ ਬੀਵੀ ਦਾ ਹੁਕਮ ਆ ਕਿ ਪੁੱਲ 'ਤੇ ਜਲਦੀ ਜਲਦੀ ਪੁੱਲ 'ਤੇ ਚੜੋ ਅਤੇ ਜਾ ਕੇ ਉੱਤਰ ਕੇ ਅਤੇ ਮੇਰੀ ਭੈਣ ਦਾ ਪਤਾ ਲੈ ਕੇ ਉਹਦੀ ਤਬੀਅਤ ਨਹੀਂ ਸਹੀ ਅਤੇ ਮੈਂ ਬੀਵੀ ਨੇ ਪੁੱਲ ਦਾ ਕਿਹਾ ਅਤੇ ਮੈਂ ਪੁੱਲ ਦਾ ਹੀ ਆਪਣਾ ਭਲਾ ਅਤੇ ਪੁੱਲ ਦੀ ਖੈਰ ਇੱਧਰੋਂ ਦੀ ਜਾਣਾ ਮੈਂ ਅਜੀ ਨਾਜ਼ਰੀਨ ਮੁਰਗੀਆਂ ਦਾ ਇਮਰਾਨ ਖਾਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੁਰਗੀਆਂ ਪਾਲੋ ਮੁਰਗੀਆਂ ਦੇ ਨਾਲ ਖੁਸ਼ਹਾਲੀ ਆਏਗੀ ਖੁਸ਼ਹਾਲੀ ਆਏਗੀ ਅਤੇ ਮੁਲਕ ਤਰੱਕੀ ਕਰੇਗਾ ਅੱਜ ਉਹਨਾਂ ਦਾ ਆਗਾਜ਼ ਹੋ ਗਿਆ ਆਪਣਾ ਜੰਗ ਦੇ ਵਿੱਚ ਜਿਹੜਾ ਨਾ ਮੁਰਗੀਆਂ ਤਕਸੀਮ ਕੀਤੀਆਂ ਜਾ ਰਹੀਆਂ ਨੇ ਖੁਸ਼ਹਾਲੀ ਦੀ ਆਪਣਾ ਆਪਣਾ ਕੀ ਉਹਨੂੰ ਕਹਿੰਦੇ ਨੇ ਸੋਚ ਲੈ ਕੇ ਔਰ ਪੁੱਛਦੇ ਹਾਂ ਇੱਥੇ ਦੇ ਲੋਕਾਂ ਨੂੰ ਸਰ ਇਹ ਦੱਸੋ ਵੀ ਕਿੰਨੀਆਂ ਮੁਰਗੀਆਂ ਆਈਆਂ ਕਿੰਨੀਆਂ ਆਪਣਾ ਚਲੀਆਂ ਗਈਆਂ ਨਾਲ ਕਿੰਨੇ ਮੁਰਗੇ ਯਾਨੀ ਪੈਕੇਜ ਕੀ ਆ ਕਿੰਨੀਆਂ ਮੁਰਗੀਆਂ ਦੇ ਨਾਲ ਇੱਕ ਮੁਰਗਾ ਕਿੰਨੇ ਮੁਰਗੇ ਹੋਣਗੇ ਔਰ ਆਂਡਿਆਂ ਦਾ ਕੀ ਹਿਸਾਬ ਬਾਈ ਜੀ ਇਹ ਗੱਲ ਇਹ ਹੈ ਕਿ ਜੀ ਇਹ ਮੁਰਗੀਆਂ ਜਿਹੜੀਆਂ ਚਾਰ ਮੁਰਗੀਆਂ ਔਰ ਇੱਕ ਨਾਲ ਮੁਰਗਾ ਜਿਹੜਾ ਉਹਨਾਂ ਦਾ ਹਸਬੈਂਡ ਹੋਏਗਾ ਔਰ ਕਿਉਂਕਿ ਇਹ ਬੜਾ ਅੱਛੇ ਤਰੀਕੇ ਦੇ ਨਾਲ ਕਿਉਂਕਿ ਹਰ ਮੁਰਗੇ ਲਈ ਚਾਰ ਮੁਰਗੀਆਂ ਜਿਹੜੀਆਂ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀਆਂ ਔਰ ਕਿਉਂਕਿ ਮੁਰਗੀਆਂ ਦੇ ਆਂਡੇ ਦੇਣੇ ਨੇ ਆਂਡਿਆਂ ਨੇ ਅੱਗੋਂ ਆਪਣਾ ਖੁਸ਼ਹਾਲੀ ਦੇਣੀ ਆ ਖੁਸ਼ਹਾਲੀ ਨੇ ਅੱਗੋਂ ਮਤਲਬ ਜਿਹੜੀ ਅਪੋਜੀਸ਼ਨ ਆ ਉਹਨੂੰ ਥੋੜ੍ਹਾ ਜਿਹਾ ਦੱਸ ਪਤਾ ਉਹਨਾਂ ਨੂੰ ਦੇਣਾ ਲੋਕ ਮਜ਼ਾਕ ਉਡਾਉਂਦੇ ਨੇ ਕਿ ਇਮਰਾਨ ਖਾਨ ਸਾਹਿਬ ਮੁਰਗੀਆਂ ਦੇ ਕੇ ਖੁਸ਼ਹਾਲੀ ਕਿੱਦਾਂ ਲਿਆਉਣਗੇ ਇਹ ਅਸੀਂ ਦੱਸਾਂਗੇ ਕਿ ਮੁਰਗੀਆਂ ਨਾਲ ਖੁਸ਼ਹਾਲੀ ਕਿੱਦਾਂ ਹੁੰਦੀ ਔਰ ਦੂਸਰੀ ਤੀਸਰੀ ਚੌਥੀ ਗੱਲ ਇਹ ਹੈ
कि जनाब जी ये तुसीं अपना असीं दे रहे लोगों नूं अपना आंडे इन्हां को लैके उस तो बाद आंडे वेच के घर अपना ठीक करना बाय। नहीं सर, अगर कोई मुर्गी पका के खा जे जांदे आ ते फिर उहदे ते लख दी मतलब कि असीं ते अफसोस ही करांगे। असीं यही कहांगे भी बेटा तू खुशहाली दे हक च नहीं सी, इमरान खान साहब की मुर्गी खा गया तू, उहदी मुर्गी किसे नूं हजम हो ही नहीं सकदी। मैं तुहानूं आला लान कह रहा। लो जी नादरीन, सब तो जी मेरे हिसाब न मुर्गियों तुम अपने घरों जिदा मतलब घर दिया होंदिया ने अपना होंगे ने ना घर दिया उन जी मुर्गियों समझना। बहुत शुक्रिया सर राशद साहब ता सारे दोस्तों का। और असं बैठे हैं एक मैं तुम्हें गल दस दें कि जिदा हक ना सानू ए होटल वाले ने बहुत आला पहले लंगर कराया सोना चिकन ठहर जाओ चिकन मटन यानी कि चार पाँच डिशा और पैक भी असं करा लिया थोड़ा थोड़ा ਅਸੀਂ ਥੋੜ੍ਹਾ ਥੋੜ੍ਹਾ ਪੈਕ ਵੀ ਕਰਾ ਲਿਆ ਕਿਉਂਕਿ ਮੁਹੱਬਤ ਹੀ ਇੰਨੀ ਸੀ। ਤੁਸੀਂ ਜਾਣ ਤੋਂ ਪਹਿਲੇ ਇਹਨਾਂ ਕੋਲ ਇੱਕ ਇੱਕ ਨਾ ਤਵੀਜ਼ ਵੀ ਲੈ ਜਾਇਓ ਜਿੱਦਾਂ ਦੀ ਚਾਦਰ ਲਈ ਆ। ਤਵੀਜ਼ ਚੁੱਕੇਗਾ ਤਾਂ ਢਿੱਡ ਆਪਣਾ ਹੀ ਨੰਗਾ ਹੋਣਾ ਬੇਟੇ ਤੇਰਾ। ਖੈਰ ਜਾਓ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਗਲੇ ਹਫ਼ਤੇ ਫਿਰ ਮੁਲਾਕਾਤ ਹੋਏਗੀ ਨਾਜ਼ਰੀਨ। ਪਾਕਿਸਤਾਨ ਜ਼ਿੰਦਾਬਾਦ।